ਹਜ਼ਰਤ ਜਿਵਾਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀਵਾਨੀ ਹੋ, ਕਹਿੰਦਾ ਮੈਂ ਤੈਨੂੰ ਇੱਕ ਮਿੰਟ ਦੇ ਅੰਦਰ ਵੀ ਛਾੜ ਦੇਣਾ ਵੇ, ਉਹ ਬੱਚਿਆ ਪਿੱਛੇ ਹੋ ਜਾ, ਮੈਨੂੰ ਅਲੀ ਦਾ ਪਤਾ ਦੱਸ ਦੇ। ਅਲੀ ਪਾਕ ਫਰਮਾਉਂਦੇ ਨੇ ਨਾ ਨਾ, ਹੁਣ ਪਹਿਲੇ ਮੇਰੇ ਨਾਲ ਮਿਲੇਗਾ ਤੇ ਅਲੀ ਨਾਲ ਮਿਲੇਗਾ। ਹਜ਼ਰਤ ਬੜੇ ਗੁੱਸੇ ਦੇ ਨਾਲ, ਘੋੜੇ ਤੂੰ ਥੱਲੇ ਆਇਆ, ਆਂਦਾ ਮੈਂ ਇੱਕ ਮਿੰਟ ਦੇ ਅੰਦਰ ਵੀ ਛਾੜ ਦੇਣਾ ਵੇ। ਬੜੇ ਗੁੱਸੇ ਦੇ ਨਾਲ ਥੱਲੇ ਉਤਰਿਆ, ਜਨਾਬ ਹੱਥਾਂ ਵਿੱਚ ਹੱਥ ਪੈ ਗਏ। ਜਦੋਂ ਅਲੀ ਦੇ ਹੱਥਾਂ ਵਿੱਚ ਹੱਥ ਆ ਗਏ, ਰੱਬੇ ਕਾਬਾ ਦੀ ਕਸਮ, ਅਲੀ ਨੇ ਫੜ ਕੇ ਜ਼ਮੀਨ ਤੇ ਮਾਰਿਆ, ਸੀਨੇ ਉੱਤੇ ਪੈਰ ਰੱਖ ਕੇ ਫਰਮਾਉਂਦੇ ਨੇ ਦੱਸਾਂ ਅਲੀ ਦਾ ਪਤਾ, ਦੱਸਾਂ ਅਲੀ ਦਾ ਪਤਾ। ਆਂਦਾ ਜੀ ਮੇਰੇ ਨਾਲ ਬੇਈਮਾਨੀ ਹੋ ਗਈ ਏ, ਮੈਨੂੰ ਦੁਬਾਰਾ ਉਠਾਇਆ ਜਾਵੇ। ਅਲੀ ਪਾਕ ਨੇ ਦੁਬਾਰਾ ਉਠਾਇਆ, ਜਨਾਬ ਹੱਥਾਂ ਵਿੱਚ ਹੱਥ ਆ ਗਏ। ਅਲੀ ਪਾਕ ਨੇ ਫਿਰ ਫੜ ਕੇ ਜ਼ਮੀਨ ਤੇ ਮਾਰਿਆ, ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਵਾਂ ਸਿੱਧਾ ਨਾੜਾਂ ਹੀ ਇਕੱਠੀਆਂ ਹੀ ਹੋ ਗਈਆਂ। ਅਲੀ ਪਾਕ ਨੇ ਜ਼ਮੀਨ ਤੇ ਰੱਖ ਕੇ ਸੀਨੇ ਤੇ ਪੈਰ ਰੱਖਿਆ, ਫਰਮਾਇਆ ਦੱਸਾਂ ਅਲੀ ਦਾ ਪਤਾ। ਆਂਦਾ ਮੈਨੂੰ ਦੁਬਾਰਾ ਉਠਾਇਆ ਜਾਵੇ। ਅਲੀ ਪਾਕ ਨੇ ਦੁਬਾਰਾ ਉਠਾਇਆ, ਹਜ਼ਰਤ ਚੁੱਕ ਕੇ ਜ਼ਮੀਨ ਤੇ ਮਾਰਿਆ, ਸੀਨੇ ਤੇ ਪੈਰ ਰੱਖਿਆ, ਫਰਮਾਇਆ ਦੱਸਾਂ ਅਲੀ ਦਾ ਪਤਾ। ਬੋਲ ਕੇ ਆਂਦਾ ਮੇਰਾ ਦਿਲ ਕਹਿੰਦਾ ਏ, ਅਲੀ ਹੋਰ ਕੋਈ ਨਹੀਂ, ਅਲੀ ਮੈਨੂੰ ਤੂੰ ਹੀ ਲੱਗਣਾ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਹੈਦਰੀ, ਨਾਰਾਏ ਹੈਦਰੀ। ਮਰਹਬ ਗਨੀਮ ਜਾਨ ਹੈ, ਮਰਹਬ ਗਨੀਮ ਜਾਨ ਹੈ, ਸਿਰੇ ਖੈਬਰ ਪੜਾ ਹੁਆ। ਮਰਹਬ ਗਨੀਮ ਜਾਨ ਹੈ, ਸਿਰੇ ਖੈਬਰ ਪੜਾ ਹੁਆ। ਉਠਨੇ ਕਾ ਅਬ ਨਹੀਂ, ਯੇ ਮਾਰਾ ਅਲੀ ਕਾ ਹੈ। ਨਾਰਾਏ ਹੈਦਰੀ। ਤੂੰ ਤੂੰ ਅਕਲ, ਤੂੰ ਅਲੀ ਸੇ ਲੜੇਗਾ, ਤੇਰੀ ਅਕਲ ਕਾ ਫੇਰ ਹੈ। ਤੂੰ ਸ਼ੈਤਾਨ ਕੀ ਲੂਮੜੀ ਔਰ ਵੋ ਖੁਦਾ ਕਾ ਸ਼ੇਰ ਹੈ। ਇਸ ਲਈ ਤੇ ਅਸੀਂ ਕਹਿੰਦੇ ਹਾਂ ਦਮਾ ਦਮ ਅਲੀ ਅਲੀ ਕੋ ਦਮਾ ਦਮ ਕੋ ਦਮਾ ਦਮ ਕੋ ਦਮਾ ਦਮ ਕੋ ਦਮਾ ਦਮ। ਪਿਛਲੇ ਬੰਦੇ ਕਿਉਂ ਨਹੀਂ ਬੋਲਦੇ ਦਮਾ ਦਮ? ਹਾਂ ਚੁੱਕਿਆ ਖੋ ਦਮਾ ਦਮ ਕੋ ਦਮਾ ਦਮ ਕੋ ਦਮਾ ਦਮ ਅਲੀ ਅਲੀ ਕੋ ਤੇਰੇ ਦੁੱਖ ਮੁੱਕ ਜਾਣਗੇ, ਅਲੀ ਅਲੀ ਕੋ ਤੇਰੇ ਦੁੱਖ ਮੁੱਕ ਜਾਣਗੇ, ਅਲੀ ਅਲੀ ਕੋ ਤੇਰੇ ਅਲੀ ਅਲੀ ਕੋ ਤੇਰੇ ਦੁੱਖ ਮੁੱਕ ਜਾਣਗੇ, ਅਲੀ ਅਲੀ ਕੋ ਤੇਰੇ ਦੁੱਖ ਮੁੱਕ ਜਾਣਗੇ, ਅਲੀ ਅਲੀ ਕੋ ਤੇਰੇ ਦੁੱਖ ਮੁੱਕ ਜਾਣਗੇ। ਕੰਮਾਂ ਦੇ ਪਹਾੜ ਤੇ ਤੂੰ ਤੇਰਾ ਪੱਟ ਜਾਣਗੇ, ਦਮਾਦਮ ਅਲੀ ਅਲੀ ਕੋ ਦਮਾਦਮ ਦਮਾਦਮ ਅਲੀ ਅਲੀ ਕੋ ਦਮਾਦਮ ਅਲੀ ਅਲੀ ਕੋ ਦਮਾਦਮ ਅਲੀ ਅਲੀ ਕੋ ਦਮਾਦਮ। ਕਿੱਡਾ ਸੋਹਣਾ ਅਲੀ ਏ ਵੀਰੇ ਰਸੂਲ ਦਾ, ਕਿੱਡਾ ਸੋਹਣਾ ਅਲੀ ਏ ਵੀਰੇ ਰਸੂਲ ਦਾ, ਬਾਬਾ ਹਸਨੈਣ ਦਾ ਤੇ ਸ਼ੋਹਰ ਬਤੂਲ ਦਾ। ਕਿੱਡਾ ਸੋਹਣਾ ਅਲੀ ਏ ਵੀਰੇ ਰਸੂਲ ਦਾ,
ਬਾਬਾ ਹਸਨੈਣ ਦਾ ਤੇ ਸ਼ੋਹਰ ਬਤੂਲ ਦਾ, ਅਲੀ ਨੂੰ ਮਿਟਾਉਣ ਵਾਲੇ ਆਪੇ ਮਿਟ ਜਾਣਗੇ, ਅਲੀ ਨੂੰ ਮਿਟਾ ਬਾਬਾ ਜੀ ਦਿਲ ਕਰਦਾ ਮੱਥਾ ਚੁੰਮ ਲਵਾਂ, ਅਲੀ ਨੂੰ ਮਿਟਾਉਣ ਵਾਲੇ ਆਪੇ ਮਿਟ ਜਾਣਗੇ, ਅਲੀ ਨੂੰ ਮਿਟਾਉਣ ਵਾਲੇ ਆਪੇ ਮਿਟ ਜਾਣਗੇ, ਅਲੀ ਨੂੰ ਮਿਟਾਉਣ ਵਾਲੇ ਆਪੇ ਮਿਟ ਜਾਣਗੇ, ਅਲੀ ਅਲੀ ਕੋ ਗਮ ਤੈਨੂੰ ਛੱਡ ਜਾਣਗੇ, ਦਮਾਦਮ ਅਲੀ ਅਲੀ ਕੋ ਦਮਾਦਮ ਕੋ ਦਮਾਦਮ, ਨਾਰਾਇ ਹੈਦਰੀ ਨਾਰਾਇ ਹੈਦਰੀ। ਅਜ਼ੀਮੋ ਸ਼ਾਨ ਮਹਿਫਿਲ ਦਾ ਇਨਕਾਦ ਜਨਾਬ ਅਮਾਨੁੱਲਾ ਰਹਿਮਾਨੀ ਸਾਹਿਬ, ਮੁਹੰਮਦ ਸ਼ਹਿਰਯਾਰ ਰਹਿਮਾਨੀ, ਮੁਹੰਮਦ ਮਤੀਨ ਰਹਿਮਾਨੀ, ਮੁਹੰਮਦ ਅਬਦੁੱਲਾ ਰਹਿਮਾਨੀ ਔਰ ਸੇਠ ਜ਼ੁਹਾਨ ਅਲੀ ਰਹਿਮਾਨੀ, ਆਪ ਨੇ ਕੀਤਾ ਹੈ ਅੱਲਾ ਪਾਕ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਜੋੜਿਆਂ ਦਾ ਸਦਕਾ ਦੇ ਇੱਜ਼ਤ 'ਚ ਮਾਲ 'ਚ ਜਾਨ 'ਚ ਬਰਕਤਾਂ ਤਾ ਫਰਮਾਏ। ਕਾਫੀ ਤਾਦਾਦ ਦੇ ਅੰਦਰ ਇਸ਼ਤਿਹਾਰਾਤ ਦੇ ਨਾਂ ਨੇ, ਅਗਰ ਮੈਂ ਇੱਕ ਦਾ ਨਾਂ ਲਵਾਂ ਤਾਂ ਟਾਈਮ ਕਾਫੀ ਦਰਕਾਰ ਹੈ। ਜਿਤਨੇ ਤੁਸੀਂ ਬੈਠੇ ਹੋ ਸਾਰੇ ਮੇਰੇ ਵਾਸਤੇ ਅਜ਼ੀਜ਼ ਹੋ, ਸਾਰੇ ਮੇਰੇ ਸਿਰ ਦਾ ਤਾਜ ਹੋ। ਮੈਂ ਸਭ ਦੇ ਨਾਮਾਂ ਤੋਂ ਤਾਂ ਵਾਕਫ ਨਹੀਂ ਹੈ, ਲੇਕਿਨ ਮੇਰਾ ਇਮਾਨ ਹੈ ਜਿਨ੍ਹਾਂ ਦੀ ਮਹਿਫਲ ਵਿੱਚ ਅਸੀਂ ਆਏ ਹਾਂ ਉਹ ਸਾਡੇ ਨਾਮਾਂ ਤੋਂ ਵੀ ਵਾਕਫ ਨੇ, ਸਾਡੇ ਕੰਮਾਂ ਤੋਂ ਵੀ ਵਾਕਫ ਨੇ। ਅੱਲਾ ਸਭ ਨੂੰ ਇਜ਼ਤਾਂ ਨਾਲ ਨਵਾਜ਼ੇ, ਸਭ 'ਤੇ ਮਿਹਰਬਾਨੀ ਫਰਮਾਏ। ਉਲਮਾਏ ਕਰਾਮ ਦਾ ਵੀ ਕਸੀਰ ਤਾਦਾਦ ਦੇ ਨਾਲ ਨਾਮ ਲਿਖੇ ਨੇ, ਅੱਲਾ ਪਾਕ ਕਰਮ ਫਰਮਾਏ। ਔਰ ਇਹਸਾਨੁੱਲਾ ਰਹਿਮਾਨੀ ਮਰਹੂਮ, ਮਨਜ਼ੂਰ ਹੁਸੈਨ ਰਹਿਮਾਨੀ ਮਰਹੂਮ, ਮੁਹੰਮਦ ਤੈਯਬ ਅਲੀ ਮਰਹੂਮ, ਇਹਨਾਂ ਦੇ ਸਾਲੇ ਸਵਾਬ ਵਾਸਤੇ ਵੀ ਇਸ ਮਹਿਫਲ ਦਾ ਇਨਕਾਦ ਕੀਤਾ ਗਿਆ ਹੈ। ਮਾਸਟਰ ਜ਼ਫਰ ਸਾਹਿਬ ਬੜੀ ਮੁਹੱਬਤ ਵਾਲੀ ਸ਼ਖਸੀਅਤ, ਬੜੀ ਹੀ ਪਿਆਰ ਵਾਲੀ ਸ਼ਖਸੀਅਤ, ਆਪਨੇ ਮੁਝ ਗੁਨਾਹਗਾਰ ਨੂੰ ਹੁਕਮ ਫਰਮਾਇਆ, ਮੈਂ ਆਪਦੇ ਹੁਕਮ ਦੀ ਪਾਸਦਾਰੀ ਕਰਦਿਆਂ ਹੋਇਆਂ ਵਕਤ ਵਾਦਾ ਦੇ ਉੱਤੇ ਹਾਜ਼ਰ ਹਾਂ। ਸ਼ਹਿਰ ਯਾਰ ਬਾਈ ਨੇ ਬੜੀ ਮੁਹੱਬਤ ਫਰਮਾਈ, ਮੈਂ ਰਬੀਉਲ ਅੱਵਲ ਦੇ ਅੰਦਰ ਇੱਥੇ ਮਾਸਟਰ ਜ਼ਫਰ ਸਾਹਿਬ ਦੇ ਘਰ ਮਿਲਾਦ ਪੜਿਆ ਅਤੇ ਇਹਨਾਂ ਨੇ ਉਦੋਂ ਹੀ ਮੇਰੇ ਕੋਲ ਟਾਈਮ ਲੈ ਲਿਆ ਕਿ ਤੁਸੀਂ ਆਉਣਾ ਹੈ। ਅੱਲਾ ਪਾਕ ਇਹਨਾਂ ਦੀਆਂ ਮੁਹੱਬਤਾਂ ਨੂੰ ਸਲਾਮਤ ਰੱਖੇ, ਅੱਲਾ ਮਿਹਰਬਾਨੀ ਫਰਮਾਏ। ਇੱਕ ਦਫ਼ਾ ਨਬੀ ਦੀ ਜ਼ਾਤ 'ਤੇ ਦਰੂਦ ਪੜ੍ਹੋ ਅਤੇ ਮੈਂ ਆਪਣੀ ਨੌਕਰੀ ਸ਼ੁਰੂ ਕਰਾਂ ਭਾਈ। ਸਲਾਤ ਓ ਸਲਾਮ ਵਾਲਿਕਾ ਰਸੂਲ ਅੱਲਾ। ਅੱਛਾ, ਜਿਹੜਾ ਬੰਦਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ 'ਤੇ ਦਰੂਦ ਪੜ੍ਹਦਾ ਹੈ ਨਾ, ਉਹਦਾ ਦੁਨੀਆਂ 'ਚ ਵੀ ਬੇੜਾ ਪਾਰ ਹੈ, ਕਬਰ 'ਚ ਵੀ ਪਾਰ ਹੈ ਅਤੇ ਹਸ਼ਰ 'ਚ ਵੀ ਪਾਰ ਹੈ। ਦਰੂਦ ਇੱਕ ਐਸਾ ਅਮਲ ਹੈ, ਔਰ ਦਰੂਦ ਐਸਾ ਅਮਲ ਹੈ ਜਿਹੜਾ ਹਰ ਹਾਲ 'ਚ ਕਬੂਲ ਹੈ। ਤਵੱਜੋ ਹੈ, ਹਰ ਹਾਲ 'ਚ ਕਬੂਲ ਹੈ, ਕਬੂਲ ਹੀ ਕਬੂਲ ਹੈ। ਨਮਾਜ਼ ਪੜ੍ਹਨੇ ਆ, ਰੋਜ਼ਾ ਰੱਖਦੇ ਹਾਂ, ਅੱਜ ਕਰਨੇ ਹਾਂ, ਜ਼ਕਾਤ ਦਿੰਦੇ ਹਾਂ, ਮਾਲਕ ਦੀ ਮਿਹਰਬਾਨੀ ਹੈ ਕਬੂਲ ਕਰ ਲਏ ਤੇ ਨਾ ਕਰੇ ਤਾਂ ਕੁਝ ਕਹਿ ਵੀ ਨਹੀਂ ਸਕਦੇ। ਲੇਕਿਨ ਦਰੂਦ ਐਸਾ ਜਿਹੜਾ ਕਬੂਲ ਹੀ ਕਬੂਲ ਹੈ। ਆਖਿਆ ਜੇ ਕਿਸੇ ਨੇ ਦੁਆ ਕਬੂਲ ਕਰਾਉਣੀ ਹੋਵੇ ਤਾਂ ਕੀ ਕਰੇ, ਤੇ ਉਲਮਾ ਫਰਮਾਉਂਦੇ ਨੇ ਜਿਹਨੇ ਦੁਆ ਕਬੂਲ ਕਰਾਉਣੀ ਹੋਵੇ ਦੁਆ ਦੇ ਸ਼ੁਰੂ ਤੋਂ ਵੀ ਦਰੂਦ ਪੜ੍ਹ ਲਏ ਅਤੇ ਅੰਤ ਤੋਂ ਵੀ ਦਰੂਦ ਪੜ੍ਹ ਲਏ, ਦੁਆ ਕਬੂਲ ਹੀ ਕਬੂਲ ਹੈ।
ਯਾ ਅੱਲਾ ਮਹਿਬੂਬ ਤੇ ਦਰੂਦ ਪੜ੍ਹੀਏ ਤੇ ਕਬੂਲ ਹੀ ਕਬੂਲ ਹੈ, ਵਜ੍ਹਾ ਕੀ ਹੈ, ਦਰੂਦ ਕਿਉਂ ਹਰ ਹਾਲ ਵਿੱਚ ਕਬੂਲ ਹੈ? ਅੱਲਾ ਫਰਮਾਉਂਦਾ ਕਬੂਲ ਕਿਉਂ ਨਾ ਕਰੀਏ ਮੇਰੇ ਯਾਰ ਦੇ ਨਾਂ ਲੈ ਰਹੇ ਹੋ? ਆਏ ਹਾਏ, ਤੇ ਕਈਆਂ ਬੰਦਿਆਂ ਦੇ ਜ਼ਿਹਨ 'ਚ ਵੀ ਗੱਲ ਹੁੰਦੀ ਹੈ ਕਿ ਹੋਰੇ ਅਸੀਂ ਦਰੂਦ ਪੜ੍ਹਨੇ ਆ ਤੇ ਸਰਕਾਰ ਸੁਣਦੇ ਨੇ ਕਿ ਨਹੀਂ ਸੁਣਦੇ? ਕਈਆਂ ਬੰਦਿਆਂ ਦੇ ਜ਼ਿਹਨ 'ਚ ਗੱਲ ਹੁੰਦੀ ਹੈ ਅਸੀਂ ਦਰੂਦ ਪੜ੍ਹਨੇ ਹੋਰੇ ਸਰਕਾਰ ਸੁਣਦੇ ਨੇ ਕਿ ਨਹੀਂ ਸੁਣਦੇ? ਇੱਥੇ ਸ਼ਹਿਰ ਯਾਰ ਭਾਈ ਨੇ ਇਹਸਾਨੁੱਲਾ ਸਾਹਿਬ ਨੇ ਇੰਨਾ ਮਜਮਾ ਇਕੱਠਾ ਕੀਤਾ, ਇੰਨਾ ਲੰਗਰ ਦਾ ਇੰਤਜ਼ਾਮ ਕੀਤਾ, ਸਾਰਾ ਕੁਝ ਕੀਤਾ, ਹੋਰੇ ਸਰਕਾਰ ਵਹਿੰਦੇ ਨੇ ਕਿ ਨਹੀਂ ਵਹਿੰਦੇ, ਸਰਕਾਰ ਨੂੰ ਪਤਾ ਕਿ ਨਹੀਂ ਪਤਾ? ਮਾਜ਼ੱਲਾ ਕਈਆਂ ਬੰਦਿਆਂ ਦੇ ਜ਼ਿਹਨ 'ਚ ਇਹ ਵੀ ਗੱਲ ਹੁੰਦੀ ਹੈ ਕਿ ਮਾਜ਼ੱਲਾ ਸਰਕਾਰ ਤੇ ਮਰ ਗਏ ਮਿੱਟ ਗਏ, ਦੀਵਾਰ ਦੇ ਪਿੱਛੇ ਦਾ ਇਲਮ ਕੋਈ ਨਹੀਂ, ਕੰਧ ਦੇ ਪਿੱਛੇ ਦਾ ਇਲਮ ਕੋਈ ਨਹੀਂ। ਮੈਂ ਕਿਹਾ ਤੇਰਾ ਨਬੀ ਹੋਰ ਹੋਏਗਾ ਜਿਹੜਾ ਨਹੀਂ ਸੁਣਦਾ, ਜਿਹੜਾ ਨਹੀਂ ਵਹਿੰਦਾ, ਸਾਡੇ ਨਬੀ ਤੇ ਜ਼ਿੰਦਾ। ਬੋਲੋ ਬੋਲੋ, ਸਾਡੇ ਨਬੀ, ਅੱਲਾ ਤੁਹਾਨੂੰ ਸਲਾਮਤ ਰੱਖੇ, ਸਾਡੇ ਨਬੀ। ਤੁਸੀਂ ਥੋੜ੍ਹਾ ਜਿਹਾ ਬੋਲੋਗੇ ਤੇ ਮੈਂ ਵੀ ਬੋਲਾਂਗਾ। ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ, ਜਿਵੇਂ ਦਾ ਤੁਸੀਂ ਐਕਸ਼ਨ ਕਰੋਗੇ ਉਵੇਂ ਦਾ ਮੇਰੀ ਤਰਫੋਂ ਰਿਐਕਸ਼ਨ ਹੋਵੇਗਾ। ਗੱਡੀ 'ਚ ਪੈਟਰੋਲ ਪਾਉਂਦੇ ਰਹੋਗੇ ਤਾਂ ਗੱਡੀ ਟੁਰਦੀ ਰਹੇਗੀ, ਮੇਰੇ ਨੂੰ ਸੁਭਾਣ ਅੱਲਾ ਦਾ ਪੈਟਰੋਲ ਦਿੰਦੇ ਰਹੋਗੇ ਤਾਂ ਮੈਂ ਗੱਡੀ ਟੋਰ ਕੇ ਰੱਖਾਂਗਾ ਬਾਈ। ਆਹ ਅੱਲਾ ਤੁਹਾਨੂੰ ਸਲਾਮ, ਥੋੜ੍ਹਾ ਜਿਹਾ ਮੈਨੂੰ ਪਟਰੀ 'ਤੇ ਚੜ੍ਹ ਲੈਣ ਦਿਓ, ਫਿਰ ਤੁਹਾਡੇ ਜ਼ੋਕ ਦੀ ਗੁਫਤਗੂ ਕਰਾਂਗਾ, ਪਰ ਥੋੜ੍ਹਾ ਜਿਹਾ ਮੈਨੂੰ ਪਤਾ ਤਾਂ ਲੱਗੇ ਨਾ ਮੈਂ ਜਿਉਂਦਿਆਂ ਜਾਗਦਿਆਂ ਗੁਲਾਮਾਂ 'ਚ ਬੈਠ ਕੇ ਜ਼ਿਕਰ ਕਰ ਰਿਹਾ। ਸਾਰੇ ਜਿੰਨੇ ਬੈਠੇ ਉਹ ਡਟ ਕੇ ਆਖੋ ਸੁਭਾਨ ਅੱਲਾ, ਮਾਸ਼ਾਅੱਲਾ, ਮਾਸ਼ਾਅੱਲਾ, ਅੱਲਾ ਸਲਾਮਤ ਰੱਖੇ। ਮੈਂ ਕਿਹਾ ਤੇਰਾ ਨਬੀ ਹੋਰ ਹੋਏਗਾ ਜਿਹੜਾ ਨਹੀਂ ਸੁਣਦਾ, ਸਾਡੇ ਨਬੀ ਜ਼ਿੰਦਾ, ਸਾਡੇ ਨਬੀ, ਡਟ ਕੇ ਆਖੋ ਸਾਡੇ ਨਬੀ। ਪੁੱਤਰ ਤੁਸੀਂ ਤੁਸੀਂ ਨਹੀਂ ਬੋਲਣਾ, ਤੁਸੀਂ ਚੁੱਪ ਕਰ ਜਾਓ, ਮੈਨੂੰ ਬਜ਼ੁਰਗਾਂ ਨਾਲ ਵੱਡਿਆਂ ਨਾਲ ਮੁਖਾਤਬ, ਤੁਸੀਂ ਬੋਲ ਲਿਆ, ਬੜੀ ਮਹਿਫਲ ਪੜ੍ਹ ਲਈ ਹੈ, ਹੁਣ ਤੁਸੀਂ ਚੁੱਪ ਕਰ ਜਾਓ। ਸਾਡੇ ਨਬੀ ਜ਼ਿੰਦਾ, ਅੱਲਾ ਤੁਹਾਨੂੰ ਸਲਾਮਤ ਰੱਖੇ। ਚਿੱਟੀਆਂ ਦਾਣੀਆਂ ਵਾਲੇ ਬਜ਼ੁਰਗ ਬੈਠੇ ਨੇ ਮੇਰੇ, ਅੱਲਾ ਚਿੱਟੇ ਵਾਲਾਂ ਦੀ ਬੜੀ ਯਾਦ ਫਰਮਾਉਂਦਾ, ਪਤਾ ਨਹੀਂ ਕਿਹਦੀ ਆਮੀਨ ਦਾ ਸਦਕਾ ਅੱਲਾ ਸਭ ਦਾ ਬੇੜਾ ਪਾਰ ਫਰਮਾ ਦੇ। ਨਬੀ ਪਾਕ ਸਿਸਮ ਦੇ ਗੁਲਾਮੋ, ਲੋਕਾਂ ਦੇ ਜ਼ਿਹਨ 'ਚ ਇਹ ਗੱਲ ਹੈ ਕਿ ਹੋਰੇ ਨਬੀ ਸੁਣਦੇ ਨੇ ਕਿ ਨਹੀਂ ਸੁਣਦੇ। ਮੈਂ ਅਕੀਦੇ ਦੀ ਇਹ ਗੱਲ ਕਰਕੇ ਆਪਣੇ ਮੌਜੂ ਵਾਲੇ ਪਾਸੇ ਜਾਵਾਂਗਾ। ਸਰਕਾਰ ਸੱਲ ਸਲਮ ਤਸ਼ਰੀਫ ਫਰਮਾ ਨੇ, ਇੱਕ ਅਰਾਬੀ ਆ ਗਏ, ਉਹਨਾਂ ਕੋਲ ਊਂਠ ਦਾ ਬੱਚਾ, ਸਰਕਾਰ ਨੂੰ ਊਂਠ ਦਾ ਬੱਚਾ ਪਸੰਦ ਆ ਗਿਆ। ਮੇਰੀ ਸਰਕਾਰ ਫਰਮਾਉਂਦੇ ਨੇ ਰਾਬੀ ਨੂੰ ਵੇਚਣਾ ਹੀ, ਉਹ ਹੁਣ ਸਰਕਾਰ ਵੱਲ ਵੇਖੀ ਜਾਵੇ, ਵੇਖੀ ਜਾਵੇ, ਵੇਖੀ ਜਾਵੇ ਤੇ ਆਖੇ ਜੀ ਜਿਵੇਂ ਤੁਹਾਡੀ ਮਰਜ਼ੀ। ਜਿਵੇਂ ਮੈਂ ਗੱਲ ਬੜੀ ਵੱਡੀ ਕੀਤੀ ਹੈ, ਤੁਸੀਂ ਸਮਝੀ ਨਹੀਂ, ਉਹ ਵਹਿੰਦਾ ਸੀ ਸਰਕਾਰ ਵੱਲ, ਵਹਿੰਦਾ ਸੀ ਉਹ। ਮੈਂ ਕਿਹਾ ਕੋਈ ਹਜ਼ਰਤ ਯੂਸਫ ਵੱਲ ਵੇਖੇ ਤੇ 3 ਮਹੀਨੇ ਭੁੱਖ ਨਾ ਲੱਗੇ, ਤੇ ਜਿਹੜਾ ਯੂਸਫ ਦਾ ਵੀ ਮਾਂ ਵੇ, ਤੂੰ ਅਜੇ ਮੇਰਾ ਮਹਿਬੂਬ ਨਹੀਂ ਡਿੱਠਾ, ਜਿਹਨੂੰ ਵੇਖ ਕੇ ਚੰਨ ਸ਼ਰਮਾਵੇ, ਬਿਜਲੀ ਡਰ ਦੀ ਚਮਕ ਨਾ ਮਾਰੇ, ਮਤਾ ਬੇਅਦਬੀ ਹੋ ਜਾਵੇ, ਤੇ ਜੇ ਜਾਵੇ ਸੁਣ ਸੈਰ ਕਰਨ ਲਈ, ਸਾਰਾ ਗੁਲਸ਼ਨ ਸੀਸ ਨਵਾਵੇ, ਜੇ ਰੱਖੇ ਹੱਥ ਫੁੱਲਾਂ ਵਿੱਚ, ਹੱਥ ਫੁੱਲਾਂ ਵਿੱਚ ਰਲ ਜਾਵੇ, ਜੇ ਸੋਹਣਾ ਖੋਲੇ ਵੱਲ ਜ਼ੁਲਫਾਂ ਦੇ, ਰਾਹੀ ਰਾਹ ਭੁੱਲ ਜਾਵੇ, ਜੇ ਹਟਾਵੇ ਨਕਾਬ ਚਿਰੇ ਤੂੰ, ਅੱਧੀ ਰਾਤੀ ਦਿਨ ਚੜ ਜਾਵੇ, ਆਜ਼ਮ ਆਡਾ ਸੋਹਣਾ ਮਾਹੀ, ਮੈਨੂੰ ਕਿਧਰੇ ਨਜ਼ਰ ਨਾ ਆਵੇ, ਤੇ ਪੀਰ ਮੇਰੇ ਲਈ ਸ਼ਾਹ ਫਰਮਾਉਂਦੇ ਮੁੱਖ ਚੰਦ ਬਦਰ ਸ਼ਾਹ ਪੰਜਾਬੀ ਦਾ ਸ਼ਹਿਰ ਬੋਲਿਆ ਤੇ ਕਹਿੰਦਾ ਇਹ ਤਨ ਮੇਰਾ ਜੇ ਕੰਗੀ ਹੋਵੇ ਤੇ ਮੈਂ ਜ਼ੁਲਫ ਮਾਹੀ ਦੀ ਵਾਵਾਂ, ਤੇ ਖਲ ਮੇਰੀ ਦੀ ਜੁੱਤੀ ਬਣ ਜਾਏ ਤੇ ਮੈਂ ਪੈਰ ਮਾਹੀ ਦੇ ਪਾਵਾਂ, ਤੇ ਜੇ ਸੋਹਣਾ ਮੇਰੇ ਦੁੱਖ ਵਿੱਚ ਰਾਜ਼ੀ ਤੇ ਮੈਂ ਸੁੱਖ ਨੂੰ ਚੁੱਲ੍ਹੇ ਪਾਵਾਂ, ਯਾਰ ਫਰੀਦਾ ਅੱਜ ਜੇ ਸੋਹਣਾ ਲੰਘ ਜਾਏ ਮੈਂ ਰੋ ਰੋ ਹਾਲ ਸੁਣਾ।
ਜਿਉਂਦੇ ਬੈਠੇ ਹੋ ਉੱਚੀਆਂ ਖੋਣਾ ਯਾਰ ਸੁਭਾਨ ਅੱਲਾ ਆਏ ਹਾਏ ਤੂੰ ਅਜੇ ਮੇਰਾ ਮਹਿਬੂਬ ਨਹੀਂ ਡਿੱਠਾ ਵੇਂਦਾ ਸੀ ਸਰਕਾਰ ਵੱਲ ਆ ਪਿਛਲੇ ਬੰਦੇ ਹੋਰੇ ਮੇਰੇ ਨਾਲ ਨਾਰਾਜ਼ ਨੇ ਵੇਂਦਾ ਸੀ ਮੈਂ ਤੁਹਾਡੀ ਮੁਸਕਰਾਹਟ ਤੋਂ ਸਦਕੇ ਜਾਵਾਂ ਉਹ ਜਸ਼ਨ ਮਿਲਾਦ ਹੀ ਹੋਵੇ ਜ਼ਿਕਰ ਹੀ ਹੋਵੇ ਜਿਹੜਾ ਮੁਸਕਰਾ ਕੇ ਸੁਣਿਆ ਜਾਵੇ ਉਹ ਜਿਹਦੇ ਮੱਥੇ ਤੋਂ ਧਰੂੜੀ ਨਹੀਂ ਲੈਣੀ ਉਹ ਸਮਝੋ ਘਰੋਂ ਕੁੱਟ ਖਾ ਕੇ ਆਇਆ ਨਾਰਾਜ਼ ਹੋ ਗਏ ਹੋ ਉੱਚੀ ਫਰਮਾਓ ਸੁਭਾਨ ਅੱਲਾ ਵੇਂਦਾ ਸੀ ਸਰਕਾਰ ਵੱਲ ਹਜ਼ੂਰ ਫਰਮਾਉਂਦੇ ਵੇਚਣਾ ਹੀ ਆ ਵੇਖਿਓ ਮੇਰੇ ਵੱਲ ਵੇਚਣਾ ਹੀ ਜਿਵੇਂ ਤੁਹਾਡੀ ਮਰਜ਼ੀ ਅੱਛਾ ਮੇਰੀ ਸਰਕਾਰ ਫਰਮਾਉਂਦੇ ਕਿੰਨੇ ਪੈਸੇ ਲੈਣੇ ਨੀ ਜਿੰਨੇ ਦੇ ਦਿਓ ਜਿੰਨੇ ਹਜ਼ੂਰ ਫਰਮਾਉਂਦੇ ਇੰਨੇ ਬੜੇ ਨੀ ਬੜੇ ਨੇ ਸਰਕਾਰ ਫਰਮਾਉਂਦੇ ਪੈਸੇ ਮੇਰੇ ਕੋਲ ਅੱਜ ਤੇ ਕੋਈ ਨਹੀਂ ਤੇ ਕੱਲ ਆ ਕੇ ਲੈ ਲਈ ਜਿਵੇਂ ਆਖੋ ਲੋ ਜੀ ਊਂਟ ਦਾ ਬੱਚਾ ਸਰਕਾਰ ਨੂੰ ਦਿੱਤਾ ਤੇ ਚੱਲਿਆ 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 ਜਿਵੇਂ ਦਾਰੇ ਚੋਂ ਬਾਹਰ ਨਿਕਲੀ ਤੇ ਗਲੀ ਦੀ ਨੁੱਕਰ ਨਹੀਂ ਆਉਂਦੀ ਐਵੇਂ ਗਲੀ ਦੀ ਨੁੱਕਰ ਤੇ ਗਿਆ ਤੇ ਉਧਰੋਂ ਆ ਕੇ ਮੌਲਾ ਅਲੀ ਉਹ ਅਲੀ ਦਾ ਨਾਂ ਸੁਣ ਕੇ ਬੁੱਢਿਆਂ 'ਚ ਵੀ ਜਵਾਨੀ ਆ ਜਾਂਦੀ ਹੈ ਤੁਸੀਂ ਜਵਾਨ ਹੀ ਬੁੱਢੇ ਬਣ ਕੇ ਬੈਠੇ ਹੋ ਹਜ਼ੂਰ ਫਰਮਾਇਆ ਜਿਹਦਾ ਮੈਂ ਮੌਲਾ ਉਹਦਾ ਇੰਜ ਨਹੀਂ ਹੈ ਯਾਰ ਇੰਜ ਨਹੀਂ ਮੈਂ ਦਾਰੇ ਦੇ ਅੰਦਰ ਆ ਕੇ ਦਾਰੋਵਾਲ ਕੰਘ ਦੇ ਅੰਦਰ ਸਿਆਲ ਕੁੱਟੂ ਆ ਕੇ ਤੇ ਬਸ ਇੰਨਾ ਕੁ ਨਾਰਾ ਸੁਣਨਾ ਪਤਾ ਲੱਗੇ ਅਲੀ ਦੇ ਗੁਲਾਮ ਬੈਠੇ ਨੇ ਜਿਹਦਾ ਮੈਂ ਮੌਲਾ ਉਹਦਾ ਉਹ ਡਟ ਕੇ ਆਖੋ ਜਿਹਦਾ ਮੈਂ ਮੌਲਾ ਉਹਦਾ ਹਜ਼ੂਰ ਫਰਮਾਇਆ ਅਲੀ ਦਾ ਨਾਂ ਲੈਣਾ ਵੀ ਇਬਾਦਤ ਹੈ ਅਲੀ ਦਾ ਚਿਹਰਾ ਵੇਖਣਾ ਵੀ ਇਬਾਦਤ ਹੈ ਜਿਹਦਾ ਮੈਂ ਮੌਲਾ ਉਹਦਾ ਅਲੀ ਪਤਾ ਕੌਣ ਜੇ ਇੱਕ ਬੰਦਾ ਆਇਆ ਕਹਿਣ ਲੱਗਾ ਜੀ ਅਲੀ ਜੀ ਸਾਰੇ ਸਵਾਲ ਜਿਹੜਾ ਪੁੱਛਦਾ ਜਵਾਬ ਦੇ ਦਿੰਦੇ ਹੋ ਤੁਹਾਨੂੰ ਪਤਾ ਕਿਵੇਂ ਲੱਗ ਜਾਂਦਾ ਫਟੋਫਟ ਹੀ ਦੱਸ ਦਿੰਦੇ ਹੋ ਫਟੋਫਟ ਹੀ ਅਲੀ ਬਾਗ ਮੁਸਕਰਾ ਕੇ ਫਰਮਾਉਂਦੇ ਬੇਲੀਆ ਕਿੰਨੀਆਂ ਉਂਗਲੀਆਂ ਨਹੀਂ ਆਉਂਦਾ ਜੀ ਪੰਜ ਫਰਮਾਇਆ ਫਟੋਫਟ ਹੀ ਦੱਸ ਦਿੱਤਾ ਜੀ ਆਉਂਦਾ ਜੀ ਹਰ ਵੇਲੇ ਸਾਹਮਣੇ ਰਹਿੰਦੀਆਂ ਫਰਮਾਇਆ ਫਿਰ ਚੁੱਪ ਕਰ ਜਾ ਕਾਇਨਾਤ ਵੀ ਹਰ ਵੇਲੇ ਅਲੀ ਦੇ ਸਾਹਮਣੇ ਰਹਿੰਦੀ ਹੈ ਜਿਹਦਾ ਮੈਂ ਮੌਲਾ ਉਹਦਾ ਡਟ ਕੇ ਖੋ ਜਿਹਦਾ ਮੈਂ ਮੌਲਾ ਉਹਦਾ ਅਲੀ ਪਾਕ ਮਿੰਬਰ ਤੇ ਬੈਠੇ ਨੇ ਮਿੰਬਰ ਤੇ ਇੱਕ ਬੰਦਾ ਵਿੱਚੋਂ ਉੱਠਿਆ ਕਹਿਣ ਲੱਗਾ ਜੀ ਮੇਰਾ ਇਹ ਮਸਲਾ ਆਪਣੇ ਉਹਦਾ ਜਵਾਬ ਦਿੱਤਾ ਦੂਜਾ ਉੱਠਿਆ ਕਹਿਣ ਲੱਗਾ ਮੇਰਾ ਇਹ ਮਸਲਾ ਆਪਣੇ ਜਵਾਬ ਦਿੱਤਾ ਜਬਰੀਲ ਕਹਿੰਦਾ ਮੌਲਾ ਅਲੀ ਤੇਰਾ ਮੌਜ ਤੇ ਮੈਂ ਵੀ ਨਾ ਪੁੱਛਾਂ ਅੱਲਾ ਫਰਮਾਉਂਦਾ ਜਬਰੀਲ ਜਾ ਪੁੱਛ ਲੈ ਜਬਰੀਲ ਇਨਸਾਨੀ ਸੂਰਜ ਜਾ ਕੇ ਵਿੱਚ ਬਹਿ ਕੇ ਥੋੜ੍ਹੀ ਦੇਰ ਤੋਂ ਬਾਅਦ ਉੱਠ ਕੇ ਕਹਿੰਦੇ ਨੇ ਇਹ ਜੀ ਤੁਸੀਂ ਆਖੋ ਤੇ ਮੈਂ ਵੀ ਪੁੱਛਾਂ ਅਲੀ ਪਾਕ ਮੁਸਕਰਾ ਕੇ ਫਰਮਾਉਂਦੇ ਪੁੱਛੋ 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 ਤੇ ਜਬਰੀਲ ਇਨਸਾਨੀ ਸੂਰਤ ਜਾ ਕਹਿੰਦੇ ਦੱਸੋ ਫਿਰ ਜਬਰੀਲ ਕਿੱਥੇ ਵੇ ਦੱਸੋ ਫਿਰ ਜਬਰੀਲ ਬਾਬਾ ਜੀ ਦਿਲ ਕਰਦਾ ਮੱਥਾ ਚੁੰਮਲਾ ਜਿਹੜੇ ਮੁਸਕਰਾ ਪਏ ਹੋ ਦੱਸੋ ਫਿਰ ਜਬਰੀਲ ਕਿੱਥੇ ਵੇ ਅਲੀ ਮੁਸਕਰਾ ਕੇ ਫਰਮਾਉਂਦੇ ਨੇ ਇਹ ਇੰਜ ਕਰਕੇ ਇੰਜ ਸੱਜੇ ਖੱਬੇ ਨਜ਼ਰ ਮਾਰ ਕੇ ਸਾਹਮਣੇ ਵੇਖ ਕਹਿੰਦੇ ਨੇ ਉਹ ਪੁੱਛਣ ਵਾਲਿਆ ਅਲੀ ਦਾ ਇਲਮ ਹੈ ਕਹਿੰਦਾ ਜਾਂ ਜਬਰੀਲ ਤੂੰ ਹੈ ਤੇ ਜਾਂ ਜਬਰੀਲ ਮੈਂ ਆ ਹੁਣ ਆਖੋ ਜਿਹਦਾ ਮੈਂ ਮੌਲਾ ਉਹਦਾ ਡਟ ਕੇ ਆਖੋ ਜਿਹਦਾ ਮੈਂ ਮੌਲਾ ਉਹਦਾ ਇੱਕ ਬੰਦਾ ਅਲੀ ਪਾਕ ਕੋਲ ਆ ਕੇ ਕਹਿ ਲਾਂਗਾ ਜੀ ਮੇਰੀ ਦਾੜੀ ਵਿਰਲੀ ਵਿਰਲੀ ਏ ਇੱਕ ਵਾਲ ਇੱਥੇ ਵੇ ਇੱਕ ਇੱਥੇ ਵੇ ਇੱਕ ਇੱਥੇ ਵੇ ਹੈ ਸੀ ਯਹੂਦੀ ਕੀ ਸੀ ਕਹਿ ਲਾਂਗਾ ਜੀ ਮੇਰੀ ਦਾੜੀ ਵਿਰਲੀ ਵਿਰਲੀ ਏ ਤੇ ਦੱਸੋ ਵਿਰਲੀ ਵਿਰਲੀ ਕਿਉਂ ਏ ਅਲੀ ਵੀ ਤੇ ਫਿਰ ਅਲੀ ਸੰਨਾ ਅਲੀ ਫਰਮਾਉਂਦੇ ਕੁਰਾਨ ਨਹੀਂ ਉਹ ਪੜਿਆ ਆਂਦਾ ਜੀ ਕੀ ਹੋਇਆ ਕੁਰਾਨ 'ਚ ਅਲੀ ਪਾਕ ਫਰਮਾਉਂਦੇ ਨੇ ਅੱਲਾ ਕੁਰਾਨ 'ਚ ਫਰਮਾਉਂਦਾ ਜਿਹੜੀ ਬੰਜਰ ਜ਼ਮੀਨ ਹੋਵੇ ਉੱਥੇ ਫਸਲ ਵੀ ਵਿਰਲੀ ਵਿਰਲੀ ਲੱਗਦੀ ਹੈ
ਆ ਜਿਹੜੀ ਬੰਜਰ ਜ਼ਮੀਨ ਹੋਵੇ ਫਸਲ ਵੀ ਵਿਰਲੀ ਵਿਰਲੀ ਲੱਗਦੀ ਹੈ, ਤੇ ਜਿਹੜੀ ਜ਼ਮੀਨ ਚੰਗੀ ਹੋਵੇ ਫਸਲ ਵੀ ਚੰਗੀ ਲੱਗਦੀ ਹੈ। ਕਲਮਾ ਪੜ ਲੈ, ਜੇ ਤੇਰੀ ਦਾੜੀ ਪੂਰੀ ਨਾ ਹੋਵੇ ਤੇ ਸਾਨੂੰ ਵੀ ਅਲੀ ਕਿਹਨੇ ਕਹਿਣਾ। ਹੁਣ ਆਖੋ ਜਿਦਾ ਮੈਂ ਮੌਲਾ ਉਹਦਾ ਹਲੇ ਤੇ ਮੈਂ ਅਲੀ ਸੁਣਾਵਾਂਗਾ ਤੁਹਾਨੂੰ। ਦਰਵਾਜ਼ੇ ਤੇ ਗਿਆ, ਨੁੱਕਰ ਤੇ ਗਿਆ ਤੇ ਉਧਰੋਂ ਮੌਲਾ ਅਲੀ ਆ ਗਏ। ਬੇਲੀਆ ਕਿੱਥੇ ਗਿਆ ਸਾ? ਸਰਕਾਰ ਦੀ ਬਾਰਗਾਹ 'ਚ। ਤੇ ਫਿਰ ਆਂਦਾ ਜੀ ਸਰਕਾਰ ਨੂੰ ਮੇਰੇ ਊਂਠ ਦਾ ਬੱਚਾ ਪਸੰਦ ਆ ਗਿਆ ਤੇ ਸਰਕਾਰ ਰੱਖ ਲਿਆ। ਅਲੀ ਪਾਕ ਫਰਮਾਉਂਦੇ ਪੈਸੇ। ਆਂਦਾ ਜੀ ਸਰਕਾਰ ਫਰਮਾਉਂਦੇ ਪੈਸੇ ਕੱਲ ਲੈ ਲਈ। ਅਲੀ ਪਾਕ ਫਰਮਾਉਂਦੇ ਜੇ ਕੱਲ ਸਰਕਾਰ ਨਾ ਲੱਭੇ ਤੇ ਪੈਸੇ ਕੌਣ ਦੇਵੇਗਾ? ਜੇ ਕੱਲ ਸਰਕਾਰ ਨਾ ਲੱਭੇ ਤੇ ਪੈਸੇ ਕੌਣ ਦੇਵੇਗਾ? ਉਹਦੇ ਜ਼ਿਹਨ 'ਚ ਗੱਲ ਆਈ ਵਾਕਈ, ਜੇ ਕੱਲ ਸਰਕਾਰ ਨਾ ਲੱਭੇ ਤੇ ਮੈਨੂੰ ਪੈਸੇ ਕੌਣ ਦੇਵੇਗਾ? ਉਹਨੇ ਲਿਆ ਉੱਥੋਂ ਯੂ ਟਰਨ। ਮੰਨਦੇ ਹੋ ਕਿ ਨਹੀਂ? ਸਿਆਸੀ ਬੰਦਾ ਲੀਲੇ ਤੇ ਮੰਨ ਜਾਂਦੇ ਹੋ? ਉਹਨੇ ਉੱਥੋਂ ਹੀ ਲੈ ਲਿਆ ਯੂ ਟਰਨ ਤੇ ਸਿੱਧਾ ਸਰਕਾਰ ਦੀ ਬਾਰਗਾਹ 'ਚ ਆ ਗਿਆ। ਹਜ਼ਰਤ ਨਿਵਾਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਵਾਨੇ ਹੋ, ਮੇਰੇ ਮਦਨੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਵਾਨੇ ਹੋ। ਹਜ਼ਰਤ ਚੱਲਦਾ 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 ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ 'ਚ ਆਇਆ। ਆਂਦਾ ਵਦੂਹਾ ਦੇ ਚਿਹਰੇ ਵਾਲੇ ਆ, ਵੱਲੈਨ ਦੀਆਂ ਜ਼ੁਲਫਾਂ ਵਾਲੇ ਆ, ਹਮੀਮ ਦੇ ਕੁੰਡਲਾਂ ਵਾਲੇ ਆ, ਯਾਸੀਨ 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 ਦੇ ਸਿਰੇ ਵਾਲਿਆ, ਸੋਹਣਿਆ ਜੇ ਕੱਲ ਤੁਸੀਂ ਨਾ ਮਿਲੇ ਤੇ ਮੈਨੂੰ ਪੈਸੇ ਕੌਣ ਦੇਵੇਗਾ? ਮੇਰੀ ਸਰਕਾਰ ਫਰਮਾਉਂਦੇ ਨੇ ਬੇਲੀਆ, ਉਹ ਜੇ ਕੱਲ ਮੈਂ ਨਾ ਮਿਲਿਆ ਫਿਰ ਪੈਸੇ ਮੇਰਾ ਯਾਰ ਸਦੀਕ ਦੇਵੇ। ਫਿਰ ਪੈਸੇ ਕੌਣ ਦੇਵੇਗਾ? ਬੋਲੋ, ਪਤਾ ਜੇ ਸਦੀਕ ਕੌਣ ਹੈ? ਸਦੀਕ ਅਕਬਰ। ਸਦੀਕ ਉਹਨੂੰ ਆਉਂਦੇ ਨੇ ਜਿਹੜਾ ਜੋ ਮੂੰਹੋਂ ਕੱਢੇ ਰੱਬ ਪੂਰਾ ਕਰਦੇ, ਜੋ ਮੂੰਹੋਂ ਕੱਢੇ ਰੱਬ। ਅੱਛਾ, ਇਹ ਤੇ ਬਹੁਤ ਵੱਡਾ ਸਦੀਕ ਹੈ ਨਾ, ਮੈਂ ਛੋਟਾ ਸਦੀਕ ਸੁਣਾਵਾਂ? ਇਹ ਪਾਕ ਪਤਨ ਦਾ ਲਾੜਾ ਬਾਬਾ ਫਰੀਦ। ਤੁਹਾਨੂੰ ਪਤਾ ਬਾਬਾ ਫਰੀਦ ਸਰਕਾਰ ਨੂੰ ਸ਼ੱਕਰ ਬੜੀ ਪਸੰਦ ਸੀ। ਅੱਜ ਵੀ ਤੁਸੀਂ ਇਹ ਮੇਰੇ ਬਜ਼ੁਰਗ ਜਿਹੜੇ ਬੈਠੇ ਨੇ, ਅਗਰ ਦਰਬਾਰ 'ਤੇ ਗਏ ਹੋਣ ਤਾਂ ਲੰਗਰ 'ਚ ਸ਼ੱਕਰ ਲੱਭਦੀ ਹੈ। ਬਾਬਾ ਫਰੀਦ ਸਰਕਾਰ ਜਾਣਦੇ ਤੇ ਇੱਕ ਬੰਦਾ ਸ਼ੱਕਰ ਦੀਆਂ ਬੋਰੀਆਂ ਲੈ ਕੇ ਪਿਆ ਜਾਵੇ। ਹੁਣ ਉਹਨੂੰ ਪਤਾ ਸੀ ਬਾਬਾ ਅੱਗੋਂ ਆ ਗਿਆ, ਬਾਬੇ ਨੂੰ ਸ਼ੱਕਰ ਬੜੀ ਪਸੰਦ ਹੈ ਅਤੇ ਬਾਬੇ ਮੈਨੂੰ ਪੁੱਛ ਲਿਆ ਵਿੱਚ ਕੀ ਆ ਅਤੇ ਮੈਂ ਕਹਿਣਾ ਸ਼ੱਕਰ ਅਤੇ ਬਾਬੇ ਕਹਿਣਾ ਬੋਰੀ ਖੋਲ੍ਹ। ਹੁਣ ਉਹੀ ਗੱਲ ਹੋਈ, ਬਾਬੇ ਹੋਰੀ ਨੰਗੇ ਉਹ ਬੋਰੀਆਂ ਲੈ ਕੇ ਗੁਜ਼ਰਿਆ ਅਤੇ ਬਾਬੇ ਹੋਰੀ ਕਹਿੰਦੇ ਵਿੱਚ ਕੀ ਆ? ਕਹਿੰਦਾ ਜੀ ਲੂਣ। ਕੀ ਆਂਦਾ? ਪੁੱਤਰ ਬਹਿ ਜਾ ਬਹਿ ਜਾ ਬਹਿ ਜਾ, ਵਿੱਚ ਕੀ ਹੈ? ਅਤੇ ਬਾਬਾ ਫਰੀਦ ਵੀ ਤਾਂ ਫਰੀਦ ਸੀ ਨਾ, ਮੁਸਕਰਾ ਕੇ ਫਰਮਾਉਂਦੇ, ਅੱਛਾ ਫਿਰ ਲੂਣ ਹੀ ਹੋਵੇਗਾ। ਅੱਛਾ ਫਿਰ ਲੂਣ ਹੀ ਹੋਵੇਗਾ। ਇੰਨੀ ਗੱਲ ਕਰਕੇ ਸਰਕਾਰ ਚਲੇ ਗਏ, ਉਹ ਬੋਰੀਆਂ ਲੈ ਕੇ ਮੰਡੀ ਟੁਰ ਗਿਆ। ਲੋਕੋ ਸ਼ੱਕਰ ਲੈ ਲਓ, ਸ਼ੱਕਰ ਮੇਰੀ ਵਧੀਆ, ਸ਼ੱਕਰ ਇੱਕ ਨੰਬਰ, ਸ਼ੱਕਰ ਲੈ ਲਓ। ਕਿਸੇ ਆਖਿਆ ਬੋਰੀ ਖੋਲ੍ਹ ਕੇ ਚੈੱਕ ਕਰਾ, ਬੋਰੀ ਖੋਲ੍ਹੀ ਤਾਂ ਲੂਣ ਦੀ, ਦੂਜੀ ਖੋਲ੍ਹੀ ਲੂਣ ਦੀ, ਤੀਜੀ ਖੋਲ੍ਹੀ ਲੂਣ ਦੀ। ਆਂਦਾ ਮਰ ਗਏ ਉਹ, ਬਾਬਾ ਲੱਭੋ ਬਾਬਾ ਕਿੱਧਰ ਗਿਆ? ਬਾਬਾ ਲੱਭਿਆ, ਬਾਬਾ ਜੀ ਵਿੱਚ ਸ਼ੱਕਰ ਸੀ ਅਤੇ ਬਾਬਾ ਤਾਂ ਫਿਰ ਬਾਬਾ ਸੀ ਨਾ। ਮੁਸਕਰਾ ਕੇ ਫਰਮਾਉਂਦੇ, ਅੱਛਾ ਫਿਰ ਸ਼ੱਕਰ ਹੀ ਹੋਵੇਗੀ। ਅੱਛਾ ਫਿਰ ਆ ਕੇ ਬੋਰੀਆਂ ਖੋਲ੍ਹੀਆਂ ਤੇ ਸਾਰੀਆਂ। ਉਹ ਮੈਂ ਕਿਹਾ ਜੇ ਪਾਕ ਪਤਨ ਦਾ ਲਾੜਾ ਜੋ ਮੂੰਹ ਕੱਢੇ ਰੱਬ ਪੂਰਾ ਕਰਦੇ ਤੇ ਜਿਹੜਾ ਸਦੀਕ ਅਕਬਰ ਹੈ। ਆਏ ਹਾਏ ਹਾਏ, ਸਮਝ ਹੀ ਨਹੀਂ ਆ ਯਾਰ। ਮੇਰੀ ਸਰਕਾਰ ਫਰਮਾਉਂਦੇ ਜੇ ਕੱਲ੍ਹ ਮੈਂ ਨਾ ਲੱਭਾ ਤਾਂ ਪੈਸੇ ਕੌਣ ਦੇਵੇਗਾ?
ਸਦੀਕ ਉਹਨੂੰ ਤਸੱਲੀ ਹੋ ਗਈ, ਤੁਰ ਪਿਆ ਫਿਰ ਗਲੀ ਦੀ ਨੁੱਕਰ ਵੱਲ ਨੂੰ। ਹਜ਼ਰਤ ਜਿਵਾਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਸਲਮ ਦੇ ਦੀਵਾਨੇ ਹੋ, ਮੇਰੇ ਮੁਸਤਫਾ ਕਰੀਮ ਸੱਲੱਲਾਹੁ ਸਲਮ ਦੇ ਦੀਵਾਨੇ ਹੋ। ਹਜ਼ਰਤ ਚੱਲਦਾ ਚੱਲਦਾ ਗਲੀ ਦੀ ਨੁੱਕਰ 'ਤੇ ਆ ਗਿਆ, ਅਲੀ ਪਾਕ ਉੱਥੇ ਹੀ ਖੜ੍ਹੇ ਨੇ। ਅਲੀ ਪਾਕ ਫਰਮਾਉਂਦੇ ਨੇ, ਬੇਲੀਆ ਕੀ ਬਣਿਆ? ਆਂਦਾ ਸਰਕਾਰ ਫਰਮਾਉਂਦੇ ਨੇ, ਜੇ ਕੱਲ੍ਹ ਮੈਂ ਨਾ ਮਿਲਿਆ ਪੈਸੇ ਸਦੀਕ ਦੇਵੇਗਾ। ਅਲੀ ਪਾਕ ਫਰਮਾਉਂਦੇ ਨੇ, ਸਦੀਕ ਵੀ ਨਾ ਮਿਲੇ ਪੈਸੇ ਕੌਣ ਦੇਵੇਗਾ? ਹਜ਼ਰਤ ਚੱਲਦਾ ਚੱਲਦਾ ਫਿਰ ਆਕਾ ਕੋਲ ਆ ਗਿਆ, ਆਂਦਾ ਵਦੂਹਾ ਦੇ ਚਿਹਰੇ ਵਾਲੇ ਆ, ਵਲੈਲ ਦੀਆਂ ਜ਼ੁਲਫਾਂ ਵਾਲੇ ਆ, ਹਾਮੀਮ ਦੇ ਕੁੰਡਲਾਂ ਵਾਲੇ ਆ, ਯਾਸੀਨ ਦੇ ਸਿਰੇ ਵਾਲੇ ਆ। ਆਕਾ ਜੇ ਕੱਲ ਤੁਸੀਂ ਨਾ ਮਿਲੇ ਸਦੀਕ ਦੇਣਗੇ, ਜੇ ਸਦੀਕ ਵੀ ਨਾ ਮਿਲੇ ਪੈਸੇ ਕੌਣ ਦੇਵੇਗਾ? ਮੇਰੀ ਸਰਕਾਰ ਫਰਮਾਉਂਦੇ, ਬੇਲੀਆ ਜੇ ਕੱਲ ਮੈਂ ਨਾ ਮਿਲਿਆ ਸਦੀਕ ਕੋਲੋਂ ਲੈ ਲਈ, ਸਦੀਕ ਨਾ ਮਿਲੇ ਉਮਰ ਕੋਲੋਂ ਲੈ ਲਈ। ਹਜ਼ਰਤ ਚੱਲਦਾ ਚੱਲਦਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮੋ, ਹਜ਼ਰਤ ਗਲੀ ਦੀ ਨੁੱਕਰ 'ਤੇ ਆ ਗਿਆ, ਅਲੀ ਪਾਕ ਉੱਥੇ ਹੀ ਖੜ੍ਹੇ ਨੇ। ਅਲੀ ਪਾਕ ਫਰਮਾਉਂਦੇ, ਬੇਲੀਆ ਕੀ ਬਣਿਆ? ਆਂਦਾ ਸਰਕਾਰ ਫਰਮਾਉਂਦੇ ਨੇ, ਜੇ ਕੱਲ ਮੈਂ ਨਾ ਮਿਲਿਆ ਮੇਰਾ ਯਾਰ ਸਦੀਕ ਦੇਵੇਗਾ, ਸਦੀਕ ਨਾ ਮਿਲੇ ਉਮਰ ਦੇਣਗੇ। ਅਲੀ ਪਾਕ ਫਰਮਾਉਂਦੇ, ਜੇ ਉਮਰ ਵੀ ਨਾ ਮਿਲੇ ਪੈਸੇ ਕੌਣ ਦੇਵੇਗਾ? ਹਜ਼ਰਤ ਚੱਲਦਾ ਚੱਲਦਾ ਨਬੀ ਪਾਕ ਕੋਲ ਆ ਗਿਆ, ਆਂਦਾ ਸੋਹਣਿਆ ਜੇ ਕੱਲ ਤੁਸੀਂ ਨਾ ਮਿਲੇ ਸਦੀਕ ਦੇਣਗੇ। ਆਕਾ ਸਦੀਕ ਨਾ ਮਿਲੇ ਉਮਰ ਦੇਣਗੇ, ਸੋਹਣਿਆ ਉਮਰ ਨਾ ਮਿਲੇ ਪੈਸੇ ਕੌਣ ਦੇਵੇਗਾ? ਮੇਰੀ ਸਰਕਾਰ ਫਰਮਾਉਂਦੇ ਨੇ, ਬੇਲੀਆ ਜੇ ਕੱਲ ਮੈਂ ਨਾ ਮਿਲਿਆ ਮੇਰੇ ਯਾਰ ਸਦੀਕ ਕੋਲੋਂ ਲੈ ਲਈ, ਸਦੀਕ ਨਾ ਮਿਲੇ ਉਮਰ ਕੋਲੋਂ ਲੈ ਲਈ, ਉਮਰ ਨਾ ਮਿਲੇ ਫਿਰ ਪੈਸੇ ਉਹ ਦੇਵੇਗਾ ਜਿਹਨੂੰ ਦੁਨੀਆ ਉਸਮਾਨ ਕਹਿੰਦੀ। ਹਜ਼ਰਤ ਚੱਲਦਾ ਚੱਲਦਾ ਫਿਰ ਗਲੀ ਦੀ ਨੁੱਕਰ 'ਤੇ ਆ ਗਿਆ, ਅਲੀ ਪਾਕ ਉੱਥੇ ਹੀ ਖੜ੍ਹੇ ਨੇ, ਭਾਈ ਬੇਲੀਆ ਕੀ ਬਣਿਆ? ਆਂਦਾ ਸਰਕਾਰ ਫਰਮਾਉਂਦੇ ਨੇ, ਜੇ ਮੈਂ ਨਾ ਮਿਲਿਆ ਅਬੂ ਬੱਕਰ ਦੇਣਗੇ, ਅਬੂ ਬੱਕਰ ਨਾ ਮਿਲੀ ਉਮਰ ਦੇਣਗੇ, ਉਮਰ ਨਾ ਮਿਲੇ ਉਸਮਾਨ ਦੇਣਗੇ, ਉਸਮਾਨ ਨਾ ਮਿਲੇ। ਅਲੀ ਫਰਮਾਉਂਦੇ, ਪੈਸੇ ਕੌਣ ਦੇਵੇਗਾ? ਹਜ਼ਰਤ ਦੌੜਾਂ ਲਾ ਦਿੱਤੀਆਂ, ਆਕਾ ਦੀ ਬਾਰਗਾ 'ਚ ਆਇਆ, ਆਂਦਾ ਸੋਹਣਿਆ ਜੇ ਤੁਸੀਂ ਨਾ ਮਿਲੇ ਅਬੂ ਬੱਕਰ ਦੇਣਗੇ, ਅਬੂ ਬੱਕਰ ਨਾ ਮਿਲੇ ਉਮਰ ਦੇਣਗੇ, ਉਮਰ ਨਾ ਮਿਲੇ ਉਸਮਾਨ ਦੇਣਗੇ, ਸੋਹਣਿਆ ਉਸਮਾਨ ਵੀ ਨਾ ਮਿਲੇ ਤੇ ਮੈਨੂੰ ਪੈਸੇ ਕੌਣ ਦੇਵੇਗਾ? ਜੁਮਲਾ ਸੁਣ ਕੇ ਤੜਪ ਜਾਓਗੇ। ਜਿਹੜੇ ਲੋਕੀ ਕਹਿੰਦੇ ਨੇ ਨਬੀ ਨੂੰ ਇਲਮ ਗੈਬ ਕੋਈ ਨਹੀਂ, ਨਬੀ ਨੂੰ ਕੰਨ ਦੇ ਪਿੱਛੇ ਦਾ ਇਲਮ ਕੋਈ ਨਹੀਂ, ਨਬੀ ਨੂੰ ਪਤਾ ਕੋਈ ਨਹੀਂ, ਕੋਈ ਕਿੱਥੇ ਬਹਿ ਕੇ ਮਹਿਫਲਾਂ ਪਿਆ ਕਰਾਂਦਾ? ਜੁਮਲਾ ਸੁਣ ਕੇ ਤੜਪ ਜਾਓਗੇ। ਮੇਰੀ ਸਰਕਾਰ ਫਰਮਾਉਂਦੇ ਨੇ, ਬੇਲੀਆ ਸੁਣ ਲੈ, ਜੇ ਮੈਂ ਨਾ ਮਿਲਿਆ ਅਬੂ ਬੱਕਰ ਕੋਲੋਂ ਲੈ ਲਈ, ਅਬੂ ਬੱਕਰ ਨਾ ਮਿਲੀ ਉਮਰ ਕੋਲੋਂ ਲੈ ਲਈ, ਉਮਰ ਨਾ ਮਿਲੀ ਉਸਮਾਨ ਕੋਲੋਂ ਲੈ ਲਈ, ਓਏ ਸੁਣ ਲੈ, ਉਸਮਾਨ ਵੀ ਨਾ ਮਿਲੇ ਫਿਰ ਪੈਸੇ ਉਹ ਦੇਵੇਗਾ ਜਿਹੜਾ ਬਾਹਰ ਖਲੋ ਕੇ ਅੰਦਰ ਪਿਆ ਡੋਰਦਾ।
ਫਿਰ ਪੈਸੇ ਉਹ ਦੇਵੇਗਾ ਜਿਹੜਾ ਬਾਹਰ ਖਲੋ ਕੇ ਅੰਦਰ ਪਿਆ ਟੋਰਦਾ। ਮੈਂ ਕਿਹਾ ਸਰਕਾਰ ਨੂੰ ਕਿਵੇਂ ਪਤਾ ਲੱਗਾ ਬਾਹਰ ਵਾਲੀ ਏ? ਪਤਾ ਲੱਗਾ ਹਜ਼ੂਰ ਜਾਣਦੇ ਹੈ। ਕੋਈ ਜਿੱਥੇ ਵੀ ਬਹਿ ਕੇ ਸਰਕਾਰ ਦੀਆਂ ਮਹਿਫਲਾਂ ਕਰਾਵੇ ਹਜ਼ੂਰ ਜਾਣਦੇ ਹੈ। ਹਜ਼ਰਾਤ, ਮੈਂ ਜਿਹੜੀ ਆਇਆ ਕਰੀਮਾ ਪੜ੍ਹੀ ਉਹਦੇ ਉੱਤੇ ਦੋ ਚਾਰ ਗੱਲਾਂ ਕਰਕੇ ਤੇ ਜਾ ਲਓ। ਅੱਲਾ ਫਰਮਾਉਂਦਾ ਕੁੱਲ ਮਹਿਬੂਬਾ ਲੱਭ ਖੋਲੋ ਤੇ ਮਿੱਠਾ ਜਿਹਾ ਬੋਲੋ। ਤੁਸੀਂ ਵੀ ਮਿੱਠਾ ਮਿੱਠਾ ਬੋਲੋ। ਅਜੇ ਥੱਕੇ ਤੇ ਨਹੀਂ? ਵੇਖ ਲਿਓ ਯਾਰ, ਹੱਥ ਚੁੱਕੋ ਆ ਜਿਹੜੇ ਥੱਕ ਗਏ ਹੋ। ਇੰਨੇ ਕਿ ਤੁਸੀਂ ਜਾ ਕੇ ਬੈਠੇ ਹੋ। ਉੱਚੀ ਫਰਮਾਓ ਸੁਬਾਨ ਅੱਲਾ। ਅੱਲਾ ਫਰਮਾਉਂਦਾ ਕੁੱਲਾ ਸਾਲੁਕੁਮ ਅਲੈਹੀ ਅਜਰਨ ਇਲਲ ਮੁਵੱਦਤ ਫਿਲ ਕੁਰਬਾ। ਮਹਿਬੂਬ, ਇਹਨਾਂ ਨੂੰ ਕਹਿ ਦਿਓ ਅਸੀਂ ਤੁਹਾਡੇ ਕੋਲ ਕੋਈ ਫੀਸ ਨਹੀਂ ਮੰਗਦੇ, ਕੋਈ ਉਜਰਤ ਨਹੀਂ ਮੰਗਦੇ। ਨਬੀ ਪਾਕ ਫਰਮਾਉਂਦੇ ਨੇ ਮੇਰੇ ਗੁਲਾਮੋ, ਮੇਰੇ ਸਦਕੇ ਤੁਹਾਨੂੰ ਦੀਨ ਲੱਭਾ, ਮੇਰੇ ਸਦਕੇ ਤੁਹਾਨੂੰ ਕੁਰਾਨ ਲੱਭਾ, ਮੇਰੇ ਸਦਕੇ ਤੁਹਾਨੂੰ ਈਮਾਨ ਲੱਭਾ, ਮੇਰੇ ਸਦਕੇ ਤੁਹਾਨੂੰ ਰਹਿਮਾਨ ਲੱਭਾ, ਮੇਰੇ ਸਦਕੇ ਜੰਨਤ ਵੀ ਲੱਭਣੀ ਹੈ। ਲਾ ਸਾਲੁਕੁਮ, ਅਸੀਂ ਸਵਾਲ ਨਹੀਂ ਕਰਦੇ, ਫੀਸ ਨਹੀਂ ਮੰਗਦੇ, ਉਜਰਤ ਨਹੀਂ ਮੰਗਦੇ, ਇੱਕੋ ਹੀ ਚੀਜ਼ ਮੰਗਣੇ ਆ, ਇਲਲ ਮੁਵੱਦਤ ਫਿਲ ਕੁਰਬਾ, ਮੇਰੀ ਅਹਲੇ ਬੈਤ ਨਾਲ ਮੁਵੱਦਤ ਕਰਨੀ ਜੇ, ਮੇਰੀ ਅਹਲੇ ਬੈਤ ਨਾਲ। ਅੱਛਾ, ਪੜ੍ਹੇ ਲਿਖੇ ਹਜ਼ਰਾਤ ਸ਼ਰੀਫ ਫਰਮਾਓ, ਮੁਹੱਬਤ ਹੋ ਰਹੇ, ਮੁਵੱਦਤ ਹੋ ਰਹੇ। ਮੁਹੱਬਤ ਉਹ ਜਿਹੜੀ ਹੱਦ ਅੰਦਰ ਰਹਿ ਕੇ ਕੀਤੀ ਜਾਂਦੀ ਹੈ, ਮੁਵੱਦਤ ਉਹ ਜਿਹੜੀ ਹੱਦਾਂ ਤੋੜ ਕੇ ਕੀਤੀ ਜਾਂਦੀ ਹੈ। ਮੱਛਲੀ ਨੂੰ ਪਾਣੀ ਨਾਲ ਮੁਵੱਦਤ ਹੈ, ਮੱਛਲੀ ਨੂੰ ਪਾਣੀ 'ਚ ਰੱਖੋਗੇ ਤਾਂ ਜ਼ਿੰਦਾ ਰਹੇਗੀ, ਕੱਢ ਦੇਵੋਗੇ ਤਾਂ ਜ਼ਿੰਦਾ ਨਹੀਂ ਰਹੇਗੀ। ਪਤਾ ਲੱਗਾ ਮੱਛਲੀ ਨੂੰ ਪਾਣੀ ਨਾਲ ਮੁਵੱਦਤ ਹੈ। ਅੱਛਾ, ਇੱਕ ਹੋਰ ਕੀ, ਮੱਛਲੀ ਖਾਂਦੇ ਹਾਂ ਅਤੇ ਮੱਛਲੀ ਖਾਣ ਤੋਂ ਬਾਅਦ ਭੜਕੀ ਲੱਗਦੀ ਹੈ, ਬੰਦੇ ਦਾ ਦਿਲ ਕਰਦਾ ਪਾਣੀ ਪੀਵਾਂ। ਪਤਾ ਲੱਗਿਆ ਮੱਛਲੀ ਕੱਟ ਗਈ ਹੈ, ਵੱਢ ਗਈ ਹੈ, ਮਰ ਗਈ ਹੈ, ਪਰ ਪਾਣੀ ਦਾ ਇਸ਼ਕ ਮੌਜੂਦ ਹੈ। ਫਰਮਾਇਆ ਤੁਸੀਂ ਵੀ ਕੱਟ ਜਾਇਓ, ਵੱਢ ਜਾਇਓ, ਮਰ ਜਾਇਓ, ਪਰ ਮੇਰੀ ਅਹਲੇ ਬੈਤ ਦੀ ਮੁਵੱਦਤ ਨਹੀਂ ਜਾਣੀ ਚਾਹੀਦੀ ਹੈ। ਅਹਲੇ ਬੈਤ ਕੌਣ ਹੈ? ਫਰਮਾਇਆ ਮੇਰੇ ਅਲੀ ਨਾਲ ਪਿਆਰ ਕਰਨਾ ਜੇ, ਮੇਰੇ ਹਸਨ ਨਾਲ ਪਿਆਰ ਕਰਨਾ ਜੇ, ਮੇਰੀ ਬੇਟੀ ਸੈਯਦਾ ਨਾਲ ਪਿਆਰ ਕਰਨਾ ਜੇ, ਮੇਰੇ ਹੁਸੈਨ ਨਾਲ ਪਿਆਰ ਕਰਨਾ ਜੇ। ਆਏ ਹਾਏ ਹਾਏ। ਔਰ ਅਹਲੇ ਬੈਤ ਵਿੱਚ ਨਬੀ ਦੀਆਂ ਬੀਵੀਆਂ ਵੀ ਸ਼ਾਮਿਲ ਨੇ, ਨਬੀ ਦੇ ਘਰ ਵਾਲੇ ਵੀ ਸ਼ਾਮਿਲ ਨੇ। ਬੋਲੋ ਬੋਲੋ ਬੋਲੋ। ਆਏ ਹਾਏ। ਫਰਮਾਇਆ ਮੇਰੀ ਅਹਲੇ ਬੈਤ ਨਾਲ ਪਿਆਰ ਕਰਨਾ ਜੇ, ਕੌਣ ਹਸਨ, ਕੌਣ ਹੁਸੈਨ? ਆਏ ਦੱਸਾਂ ਫਿਰ ਅਹਲੇ ਬੈਤ ਦੀ ਸ਼ਾਨ ਕੀ ਹੈ? ਉਹ ਹੁਸੈਨ ਜਿਹਨਾਂ ਨਬੀ ਪਾਕ ਸਲਮ ਦੀ ਜ਼ੁਬਾਨ ਦੇ ਚੂਸੇ ਲਏ ਨੇ, ਉਹ ਅਲੀ ਜਿਹਨਾਂ ਨਬੀ ਪਾਕ ਸਲਮ ਦੀ ਜ਼ੁਬਾਨ ਦੇ ਚੂਸੇ ਲਏ ਨੇ। ਅੱਖਾਂ ਨਹੀਂ ਸੀ ਖੋਲਦੇ, ਪਤਾ ਜੀ ਨਾ, ਅਲੀ ਪਾਕ ਦੀ ਵਿਲਾਦਤ ਹੋਈ ਤੇ ਅੱਖਾਂ ਨਹੀਂ ਖੋਲਦੇ, ਤੇ ਮਾਂ ਕਹਿਣ ਲੱਗੀ ਸੋਹਣਿਆ ਇੰਜ ਲੱਗਦਾ ਨਬੀਨਾ, ਤੇ ਮੇਰੀ ਸਰਕਾਰ ਫਰਮਾਉਂਦੇ ਚਾਚੀ ਉਹਨੇ ਕਰੇ ਨਾ ਜ਼ਰਾ, ਤੇ ਮੇਰੀ ਸਰਕਾਰ ਨੇ ਹੱਥਾਂ 'ਚ ਉਠਾਇਆ, ਅਲੀ ਪਾਕ ਨੇ ਅੱਖਾਂ ਖੋਲੀਆਂ ਤੇ ਜ਼ੋਰ ਫਰਮਾਉਂਦੇ ਚਾਚੀ ਵੇਖ ਇੰਜ ਦੀਆਂ ਅੱਖਾਂ ਪੂਰੇ ਜ਼ਮਾਨੇ 'ਚ ਆਈ ਕਿਸੇ ਦੀਆਂ ਨੇ, ਪੂਰੇ ਜ਼ਮਾਨੇ 'ਚ ਹੈ ਹੀ ਕਿਸੇ ਦੀਆਂ ਨੇ, ਵੇਖ ਤੇ ਸਹੀ ਨਾ ਹੈ। ਤੇ ਜਦੋਂ ਹਜ਼ੂਰ ਵੱਲ ਵੇਖਿਆ ਤੇ ਮੇਰੀ ਸਰਕਾਰ ਨੇ ਆਪਣੀ ਜ਼ੁਬਾਨ ਮੁਬਾਰਕ ਅਲੀ ਦੇ ਮੂੰਹ 'ਚ ਪਾਈ, ਅਲੀ ਦੀਆਂ ਅੱਖਾਂ ਨਬੀ ਦੀਆਂ ਅੱਖਾਂ ਵਿੱਚ, ਨਬੀ ਦੀਆਂ ਅੱਖਾਂ ਅਲੀ ਦੀਆਂ ਅੱਖਾਂ ਵਿੱਚ, ਆਂਖੋਂ ਆਂਖੋਂ ਮੇ ਇਸ਼ਾਰੇ ਹੋ ਗਏ, ਤੁਮ ਹਮਾਰੇ ਹਮ ਤੁਮਾਰੇ ਹੋ ਗਏ। ਅਲੀ ਪਾਕ ਜਵਾਨ ਹੋਏ ਤੇ ਮੇਰੇ ਆਕਾ ਫਰਮਾਉਂਦੇ ਨੇ, ਅਲੀ ਦੱਸ ਬਚਪਨ ਵਿੱਚ ਅੱਖਾਂ ਕਿਉਂ ਨਹੀਂ ਸੀ ਖੋਲਦਾ? ਅਲੀ ਪਾਕ ਫਰਮਾਉਂਦੇ, ਸੋਹਣਿਆ ਜਿੱਥੇ ਮੈਂ ਪੈਦਾ ਹੋਇਆ ਉਹ ਸੀ ਬੈਤੁੱਲਾ, ਅੱਲਾ ਫਰਮਾਇਆ ਅਲੀ ਤੂੰ ਹੀ ਅਸਦੁੱਲਾ,
ਮੇਰੇ ਦਿਲ ਦੀ ਮਰਜ਼ੀ ਬਣ ਗਈ, ਅੱਖਾਂ ਖੁੱਲਣ ਤੇ ਸਾਹਮਣੇ ਹੋਵੇ ਹਬੀਬੁੱਲਾ। ਆਏ ਹਾਏ ਹਾਏ, ਫਿਰ ਅਸੀਂ ਕਿਉਂ ਨਾ ਕਹੀਏ ਕਾਬੇ ਚ ਵਿਲਾਦਤ ਹੈਦਰ ਦੀ। ਪੜੋਗੇ ਪੜੋਗੇ ਪੜੋਗੇ, ਸੈਯਦਜ਼ਾਦੇ ਤਸ਼ਰੀਫ ਫਰਮਾ ਨੇ, ਸੈਯਦ ਬੈਠੇ ਨੇ, ਇਹਨਾਂ ਦੇ ਨਾਨੇ ਦਾ ਜ਼ਿਕਰ ਹੈ। ਤੇ ਜਿਸ ਮਹਿਫਲ ਚ ਸੈਯਦ ਹੋਵੇ, ਖੂਨੇ ਰਸੂਲ ਹੋਵੇ, ਉਹ ਮਹਿਫਲ ਕਿੱਡੀ ਕਬੂਲ ਹੈ। ਮੈਂ ਤੇ ਇਹਨਾਂ ਦੇ ਜੁੱਤੀਆਂ ਦੀ ਖਾਕ ਦੇ ਬਰਾਬਰ ਵੀ ਨਹੀਂ ਹੈ। ਤੇ ਆਲੇ ਬੈਦ ਦਾ ਜ਼ਿਕਰ ਹੈ, ਉਹਨਾਂ ਮੌਜੂ ਹੀ ਐਡਾ ਸੋਹਣਾ ਰੱਖ ਦਿੱਤਾ। ਤੇ ਜੇ ਕੋਈ ਬੰਦਾ ਆਲੇ ਬੈਦ ਦੇ ਜ਼ਿਕਰ ਚ ਵੀ ਨਹੀਂ ਨਾ ਪੜਦਾ ਪਿਆ, ਘਰ ਜਾ ਕੇ ਸ਼ੀਸ਼ੇ ਅੱਗੇ ਆਪਣਾ ਮੂੰਹ ਵੇਖੇ ਤੇ ਆਖੇ ਮੈਂ ਕਿਹੜਾ ਗੁਨਾਹ ਕਰ ਬੈਠਾ ਕਿ ਮੇਰੇ ਕੋਲ ਮਹਿਫਲ ਵਿੱਚ ਵੀ ਨਹੀਂ ਬੋਲਿਆ ਗਿਆ, ਅੱਲਾ ਮੇਰੇ ਤੋਂ ਕਿੰਨਾ ਕੁ ਨਾਰਾਜ਼ ਹੈ। ਤੇ ਜੇ ਅੱਲਾ ਨੇ ਤੈਨੂੰ ਤਾਕਤ ਦਿੱਤੀ ਆ ਤੇ ਸੱਜਣਾ ਅੱਜ ਬੋਲ ਲੈ, ਇਹ ਮੁੱਲ ਪੈ ਜਾਣੀ ਜਦੋਂ ਕਬਰ ਵਿੱਚ ਜਾਏਗਾ। ਕਾਬੇ ਚ ਵਿਲਾਦਤ ਹੈ ਦਰਦੀ, ਕਾਬੇ ਚ ਵਿਲਾਦਤ ਹੈ ਦਰਦੀ, ਮਸਜਿਦ ਚ ਸ਼ਹਾਦਤ ਹੈ ਦਰਦੀ, ਕਾਬੇ ਚ ਵਿਲਾਦਤ ਹੈ ਦਰਦੀ, ਮਸਜਿਦ ਚ ਸ਼ਹਾਦਤ ਹੈ ਦਰਦੀ, ਫਰਮਾਨ ਹੈ ਕਮਲੀ ਵਾਲੇ ਦਾ, ਫਰਮਾਨ ਹੈ ਕਮਲੀ ਵਾਲੇ ਦਾ, ਹੈ ਦੀਦ ਇਬਾਦਤ, ਫਰਮਾਨ ਹੈ ਕਮਲੀ ਵਾਲੇ ਦਾ, ਫਰਮਾਨ ਹੈ ਕਮਲੀ ਵਾਲੇ ਦਾ, ਹੈ ਦੀਦ ਇਬਾਦਤ। ਅਦਰਾਤ ਦੀ ਵਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮੋ, ਕੌਣ ਲਈ ਅਲੀ ਪਾਕ ਬੈਠੇ ਹੋਏ ਨੇ, ਇੱਕ ਮੰਗਣ ਵਾਲਾ ਆ ਗਿਆ, ਆਂਦਾ ਅਲੀ ਭੁੱਖ ਲੱਗੀ ਰੋਟੀ ਦੇ ਦੋ। ਅਲੀ ਪਾਕ ਫਰਮਾਉਂਦੇ ਨੇ ਕੰਬਰ ਇਹਨੂੰ ਰੋਟੀ ਦੇ ਦੇ, ਕੰਬਰ ਆਂਦਾ ਸੋਹਣਿਆ ਰੋਟੀ ਤੇ ਟਿਫਨ ਵਿੱਚ ਪਈ ਏ, ਮੇਰੇ ਅਲੀ ਫਰਮਾਉਂਦੇ ਨੇ ਟਿਫਨ ਹੀ ਦੇ ਦੇ, ਇਹਨੂੰ ਪੂਰਾ ਤਬਾਹ ਕੀ ਦੇ ਦੇ। ਅਧਰਾਤ ਕੰਬਰ ਨੇ ਹੱਥ ਬੰਨ ਲਏ, ਆਂਦਾ ਸੋਹਣਿਆ ਤਬਾਕ ਤੇ ਊਂਠ ਟਿੱਪ ਆਵੇ। ਅਲੀ ਪਾਕ ਫਰਮਾਉਂਦੇ ਨੇ ਊਂਠ ਹੀ ਦੇ ਦੇ, ਆਂਦਾ ਸੋਹਣਿਆ ਊਂਠ ਤੇ 70 ਊਂਠਾਂ ਵਿੱਚ। ਅਲੀ ਪਾਕ ਫਰਮਾਉਂਦੇ ਨੇ ਓਏ ਕੰਬਰ ਵੇਖਣਾ ਕੀ ਪਿਆਵੇ, 70 ਊਂਠ ਹੀ ਦੇ ਦੇ। ਅਦਰਾ ਜਦੋਂ 70 ਊਂਠ ਦੇ ਦਿੱਤੇ, ਕੰਬਰ ਨੇ ਰੱਸੀ ਛੱਡੀ, ਤੋੜਾਂ ਲਾ ਦਿੱਤੀਆਂ। ਇੱਕ ਬੰਦਾ ਰੋ ਕੇ ਆਂਦਾ, ਕੰਬਰ ਤੂੰ ਕਿਉਂ ਪਿਆ ਦੌੜਨਾ? ਆਂਦਾ ਮੈਂ ਦੌੜਦਾ ਇਸ ਲਈ ਵਾਂ, ਅਲੀ ਅੱਜ ਮੌਜ ਚ, ਕਿਤੇ ਮੈਨੂੰ ਵੀ ਨਾਲ ਹੀ ਨਾ ਦੌੜ ਦਵੇ। ਅਲੀ ਮੌਜ ਚ, ਕਿਤੇ ਮੈਨੂੰ ਵੀ ਨਾਲ ਹੀ ਨਾ ਦੌੜ ਦਵੇ, ਨਾਲ ਹੀ ਨਾ ਠੋਰ ਦੇ। ਫਿਰ ਅਸੀਂ ਕਿਉਂ ਨਾ ਕਹੀਏ ਹਲੇ ਨਜ਼ਰ ਕੀ ਆਖ ਕਾ ਤਾਰਾ। ਅਲੀ ਅਲੀ ਤੇ ਕਹਿ ਸਕਦੇ ਹੋ ਨਾ, ਬਾਕੀ ਸਾਰਾ ਮੈਂ ਪੜਾਂਗਾ, ਤੁਸੀਂ ਕੀ ਪੜਨਾ? ਪਿਛਲੇ ਬੰਦੇ ਵੀ ਆਖੋ ਕੀ ਪੜਨਾ, ਔਰ ਡਟ ਕੇ ਪੜਨਾ ਏ। ਇੰਜ ਹੱਥਾਂ ਨੂੰ ਝੰਡੇ ਬਣਾ ਕੇ, ਸਾਡੇ ਕੋਲ ਝੰਡੇ ਕੋਈ ਨਹੀਂ, ਅੱਲਾ ਹੱਥ ਦਿੱਤੇ ਨੇ, ਇਹਨਾਂ ਨੂੰ ਝੰਡੇ ਬਣਾਉਣਾ। ਕੱਲ ਕਿਆਮਤ ਵਾਲੇ ਦਿਨ ਜਦੋਂ ਜ਼ੁਬਾਨਾਂ ਬੰਦ ਹੋ ਜਾਣਗੀਆਂ, ਹੱਥ ਬੋਲਣਗੇ ਸੋਹਣਿਆ
ਤੇਰੇ ਮਹਿਬੂਬ ਦੇ ਵੀਰ ਦਾ ਨਾਂ ਆਉਂਦਾ ਸੀ ਤੇ ਬੁਲੰਦ ਕਰ ਕਰਕੇ ਨਾਰੇ ਮਾਰਦੇ ਸਾਂ। ਅਹਲੇ ਨਜ਼ਰ ਕੀ ਆਖ ਕਾ ਤਾਰਾ ਅਲੀ ਅਲੀ, ਅਹਲੇ ਨਜ਼ਰ ਕੀ ਆਖ ਕਾ ਤਾਰਾ ਖੋਲੋ, ਅਹਲੇ ਨਜ਼ਰ ਕੀ ਆਖ ਕਾ ਤਾਰਾ ਅਲੀ ਅਲੀ, ਅਹਲੇ ਨਜ਼ਰ ਕੀ ਆਖ ਕਾ ਤਾਰਾ। ਮੈਂ ਦੁਆ ਕਰਨਾ ਮੇਰੇ ਮੌਲਾ, ਅੱਜ ਜਿਹੜਾ ਜਿਹੜਾ ਮੇਰੇ ਨਾਲ ਅਲੀ ਪਾਕ ਦਾ ਜ਼ਿਕਰ ਪਿਆ ਕਰਦਾ ਏ, ਅੱਲਾ ਕਰ ਜਾਵੇ ਅੱਖ ਲੱਗ ਜਾਵੇ, ਨਬੀ ਵੀ ਆ ਜਾਏ ਅਲੀ ਵੀ ਆ, ਅਹਲੇ ਨਜ਼ਰ ਕੀ ਆਖ ਕਾ ਤਾਰਾ ਅਲੀ ਅਲੀ, ਅਹਲੇ ਵਫਾ ਕੇ ਦਿਲ ਕਾ ਸਹਾਰਾ ਅਲੀ ਅਲੀ, ਅਹਲੇ ਵਫਾ ਕੇ ਦਿਲ ਕਾ ਸਹਾਰਾ। ਕੌਣ ਅਲੀ ਆਏ ਹਾਏ ਆਏ ਹਾਏ ਆਏ ਹਾਏ, ਮਰਹਬ ਆ ਗਿਆ ਮਦੀਨੇ ਵਿੱਚ। ਕਹਿੰਦਾ ਮੈਂ ਸੁਣਿਆ ਅਲੀ ਬੜਾ ਪਹਿਲਵਾਨ ਏ, ਮੈਂ ਬੜੇ ਬੜੇ ਪਹਿਲਵਾਨ ਵਿਛਾੜ ਛੜੇ ਨੇ, ਤੇ ਮੈਂ ਵੇਖਣ ਅਲੀ ਕਿੱਡਾ ਵੱਡਾ ਪਹਿਲਵਾਨ ਏ, ਤੇ ਮਦੀਨੇ ਆਇਆ ਤੇ ਕੁਦਰਤੀ ਉਧਰੋਂ ਮੌਲਾ ਅਲੀ ਪਿਆ ਆ ਗਏ। ਆਂਦਾ ਬੱਚਿਆ ਓਏ ਅਲੀ ਕੌਣ ਏ ਇੱਥੇ? ਅਲੀ ਪਾਕ ਮੁਸਕੁਰਾ ਪਏ। ਅਲੀ ਪਾਕ ਦਾ ਕਦ ਮੁਬਾਰਕ ਛੋਟਾ ਸੀ ਪਰ ਤਾਕਤ ਫਿਰ ਅਲੀ ਤੇ ਫਿਰ ਅਲੀ ਸਾਨਾ। ਆਂਦਾ ਅਲੀ ਬੱਚਿਆ ਅਲੀ ਨਾ ਮਿਲਣਾ ਅਲੀ ਤੇ ਅਲੀ ਕੌਣ ਏ? ਅਲੀ ਪਾਕ ਮੁਸਕੁਰਾ ਕੇ ਫਰਮਾਉਂਦੇ ਤੂੰ ਕੀ ਕਰਨਾ ਅਲੀ ਨੂੰ ਮਿਲ ਕੇ? ਕਹਿੰਦਾ ਮੈਂ ਸੁਣਿਆ ਬੜਾ ਵੱਡਾ ਪਹਿਲਵਾਨ ਤੇ ਮੈਂ ਤੇ ਸੌ ਸੌ ਭਲਵਾਨ ਵਿਛਾੜ ਛੜੇ ਨੇ ਤੇ ਮੈਂ ਮੁਕਾਬਲਾ ਕਰਨ ਆਇਆ। ਅਲੀ ਪਾਕ ਫਰਮਾਉਂਦੇ ਨੇ ਜਾ ਟੁਰ ਜਾ, ਕਿਉਂ ਆਪਣੀ ਜਾਨ ਦਾ ਦੁਸ਼ਮਣ ਬਣਿਆ? ਕਹਿੰਦਾ ਬੱਚਿਆ ਤੂੰ ਨਾ ਗੱਲਾਂ ਕਰ, ਮੈਨੂੰ ਅਲੀ ਦਾ ਪਤਾ ਦੱਸ। ਅਲੀ ਪਾਕ ਨੇ ਫੜ ਲਈਆਂ ਘੋੜੇ ਦੀ ਲਗਾਮਾਂ, ਫਰਮਾਇਆ ਜੇ ਅਲੀ ਨਾ ਮਿਲਣੀ ਤਾਂ ਪਹਿਲੇ ਮੇਰੇ ਨਾਲ ਮਿਲ। ਕਹਿੰਦਾ ਆਪਣੀ ਜਾਨ ਦਾ ਦੁਸ਼ਮਣ ਨਾ ਬਣ, ਮੈਂ ਤੈਨੂੰ ਆਖ ਰਿਹਾ ਹੂੰ ਤੂੰ ਮੈਨੂੰ ਅਲੀ ਦਾ ਪਤਾ ਦੱਸ। ਅਲੀ ਨੇ ਘੁੱਟ ਕੇ ਮੁਖਾਰਾਂ ਫੜ ਲਈਆਂ, ਫਰਮਾਇਆ ਹੁਣ ਮੇਰੇ ਨਾ ਮਿਲੇਗਾ ਤੇ ਅਲੀ ਨਾ ਮਿਲੇਗਾ। ਆਏ ਹਾਏ ਹਜ਼ਰਤ ਜੀ ਵਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਵਾਨੇ ਹੋ। ਕਹਿੰਦਾ ਮੈਂ ਤੈਨੂੰ ਇੱਕ ਮਿੰਟ ਦੇ ਅੰਦਰ ਵੀ ਛਾੜ ਦੇਣਾ ਵੇ, ਉਹ ਬੱਚਿਆ ਪਿੱਛੇ ਹੋ ਜਾ, ਮੈਨੂੰ ਅਲੀ ਦਾ ਪਤਾ ਦੱਸ ਦੇ। ਅਲੀ ਪਾਕ ਫਰਮਾਉਂਦੇ ਨੇ ਨਾ ਨਾ, ਹੁਣ ਪਹਿਲੇ ਮੇਰੇ ਨਾਲ ਮਿਲੇਗਾ ਤੇ ਅਲੀ ਨਾਲ ਮਿਲੇਗਾ। ਹਜ਼ਰਤ ਬੜੇ ਗੁੱਸੇ ਦੇ ਨਾਲ, ਘੋੜੇ ਤੂੰ ਥੱਲੇ ਆਇਆ, ਕਹਿੰਦਾ ਮੈਂ ਇੱਕ ਮਿੰਟ ਦੇ ਅੰਦਰ ਵੀ ਛਾੜ ਦੇਣਾ ਵੇ। ਬੜੇ ਗੁੱਸੇ ਦੇ ਨਾਲ ਥੱਲੇ ਉਤਰਿਆ, ਜਨਾਬ ਹੱਥਾਂ ਵਿੱਚ ਹੱਥ ਪੈ ਗਏ। ਜਦੋਂ ਅਲੀ ਦੇ ਹੱਥਾਂ ਵਿੱਚ ਹੱਥ ਆ ਗਏ, ਰੱਬੇ ਕਾਬਾ ਦੀ ਕਸਮ ਅਲੀ ਨੇ ਫੜ ਕੇ ਜ਼ਮੀਨ ਤੇ ਮਾਰਿਆ, ਸੀਨੇ ਉੱਤੇ ਪੈਰ ਰੱਖ ਕੇ ਫਰਮਾਉਂਦੇ ਨੇ ਦੱਸਾ ਅਲੀ ਦਾ ਪਤਾ,
ਦੱਸਾਂ ਅਲੀ ਦਾ ਪਤਾ। ਆਂਦਾ ਜੀ ਮੇਰੇ ਨਾਲ ਬੇਈਮਾਨੀ ਹੋ ਗਈ ਏ, ਮੈਨੂੰ ਦੁਬਾਰਾ ਉਠਾਇਆ ਜਾਵੇ। ਅਲੀ ਪਾਕ ਨੇ ਦੁਬਾਰਾ ਉਠਾਇਆ, ਜਨਾਬ ਹੱਥਾਂ ਵਿੱਚ ਹੱਥ ਆ ਗਏ। ਅਲੀ ਪਾਕ ਨੇ ਫਿਰ ਫੜ ਕੇ ਜ਼ਮੀਨ ਤੇ ਮਾਰਿਆ, ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹੁੰਆਂ ਸਿੱਧਾ ਨਾੜਾਂ ਹੀ ਇਕੱਠੀਆਂ ਹੀ ਹੋ ਗਈਆਂ। ਅਲੀ ਪਾਕ ਨੇ ਜ਼ਮੀਨ ਤੇ ਰੱਖ ਕੇ ਸੀਨੇ ਤੇ ਪੈਰ ਰੱਖਿਆ, ਫਰਮਾਇਆ ਦੱਸਾਂ ਅਲੀ ਦਾ ਪਤਾ। ਆਂਦਾ ਮੈਨੂੰ ਦੁਬਾਰਾ ਉਠਾਇਆ ਜਾਵੇ। ਅਲੀ ਪਾਕ ਨੇ ਦੁਬਾਰਾ ਉਠਾਇਆ, ਹਜ਼ਰਤ ਚੁੱਕ ਕੇ ਜ਼ਮੀਨ ਤੇ ਮਾਰਿਆ, ਸੀਨੇ ਤੇ ਪੈਰ ਰੱਖਿਆ, ਫਰਮਾਇਆ ਦੱਸਾਂ ਅਲੀ ਦਾ ਪਤਾ। ਬੋਲ ਕੇ ਆਂਦਾ ਮੇਰਾ ਦਿਲ ਕਹਿੰਦਾ ਏ, ਅਲੀ ਹੋਰ ਕੋਈ ਨਹੀਂ, ਅਲੀ ਮੈਨੂੰ ਤੂੰ ਹੀ ਲੱਗਣਾ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਹੈਦਰੀ, ਨਾਰਾਏ ਹੈਦਰੀ। ਮਰਹਬ ਦਨੀਮ ਜਾਨ ਹੈ, ਮਰਹਬ ਦਨੀਮ ਜਾਨ ਹੈ, ਸਿਰੇ ਖੈਬਰ ਪੜਾ ਹੁਆ। ਮਰਹਬ ਦਨੀਮ ਜਾਨ ਹੈ, ਸਿਰੇ ਖੈਬਰ ਪੜਾ ਹੁਆ। ਉਠਨੇ ਕਾ ਅਬ ਨਹੀਂ, ਯੇ ਮਾਰਾ ਅਲੀ ਕਾ ਹੈ। ਨਾਰਾਏ ਹੈਦਰੀ। ਤੂੰ ਤੂੰ ਅਕਲ, ਤੂੰ ਅਲੀ ਸੇ ਲੜੇਗਾ, ਤੇਰੀ ਅਕਲ ਕਾ ਫੇਰ ਹੈ। ਤੂੰ ਸ਼ੈਤਾਨ ਕੀ ਲੂੰਬੜੀ ਔਰ ਵੋ ਖੁਦਾ ਕਾ ਸ਼ੇਰ ਹੈ। ਇਸ ਲਈ ਤੇ ਅਸੀਂ ਕਹਿੰਦੇ ਹਾਂ ਦਮਾਦਮ ਅਲੀ ਅਲੀ ਕੋ ਦਮਾਦਮ, ਕੋ ਦਮਾਦਮ, ਕੋ ਦਮਾਦਮ, ਕੋ ਦਮਾਦਮ। ਪਿਛਲੇ ਬੰਦੇ ਕਿਉਂ ਨਹੀਂ ਬੋਲਦੇ ਦਮਾਦਮ? ਆ ਚੁੱਕਿਆ ਖੋ ਦਮਾਦਮ, ਖੋ ਦਮਾਦਮ, ਖੋ ਦਮਾਦਮ ਅਲੀ ਅਲੀ ਕੋ। ਤੇਰੇ ਦੁੱਖ ਮੁੱਕ ਜਾਣਗੇ ਅਲੀ ਅਲੀ ਕੋ, ਤੇਰੇ ਦੁੱਖ ਮੁੱਕ ਜਾਣਗੇ ਅਲੀ ਅਲੀ ਕੋ, ਤੇਰੇ ਅਲੀ ਅਲੀ ਕੋ, ਤੇਰੇ ਦੁੱਖ ਮੁੱਕ ਜਾਣਗੇ ਅਲੀ ਅਲੀ ਕੋ, ਤੇਰੇ ਦੁੱਖ ਮੁੱਕ ਜਾਣਗੇ ਅਲੀ ਅਲੀ ਕੋ, ਤੇਰੇ ਦੁੱਖ ਮੁੱਕ ਜਾਣਗੇ। ਕੰਮਾਂ ਦੇ ਪਹਾੜ ਤੇ ਤੂੰ ਤੇਰਾ ਪੱਟ ਜਾਣਗੇ ਦਮਾਦਮ ਅਲੀ ਅਲੀ ਕੋ, ਦਮਾਦਮ, ਦਮਾਦਮ ਅਲੀ ਅਲੀ ਖੋ, ਦਮਾਦਮ ਅਲੀ ਅਲੀ ਖੋ, ਦਮਾਦਮ ਅਲੀ ਅਲੀ ਖੋ, ਦਮਾਦਮ। ਕਿੱਡਾ ਸੋਹਣਾ ਅਲੀ ਏ ਵੀਰੇ ਰਸੂਲ ਦਾ, ਕਿੱਡਾ ਸੋਹਣਾ ਅਲੀ ਏ ਵੀਰੇ ਰਸੂਲ ਦਾ, ਬਾਬਾ ਹਸਨੈਣ ਦਾ ਤੇ ਸ਼ੋਹਰ ਬਤੂਲ ਦਾ। ਕਿੱਡਾ ਸੋਹਣਾ ਅਲੀ ਏ ਵੀਰੇ ਰਸੂਲ ਦਾ, ਬਾਬਾ ਹਸਨੈਣ ਦਾ ਤੇ ਸ਼ੋਹਰ ਬਤੂਲ ਦਾ। ਅਲੀ ਨੂੰ ਮਿਟਾਉਣ ਵਾਲੇ ਆਪੇ ਮਿਟ ਜਾਣਗੇ ਅਲੀ ਨੂੰ ਮਿਟਾ। ਬਾਬਾ ਜੀ ਦਿਲ ਕਰਦਾ ਮੱਥਾ ਚੁੰਮ ਲਵਾਂ। ਅਲੀ ਨੂੰ ਮਿਟਾਉਣ ਵਾਲੇ ਆਪੇ ਮਿਟ ਜਾਣਗੇ, ਅਲੀ ਨੂੰ ਮਿਟਾਉਣ ਵਾਲੇ ਆਪੇ ਮਿਟ ਜਾਣਗੇ, ਅਲੀ ਨੂੰ ਮਿਟਾਉਣ ਵਾਲੇ ਆਪੇ ਮਿਟ ਜਾਣਗੇ। ਅਲੀ ਅਲੀ ਕੋ ਗਮ ਤੈਨੂੰ ਛੱਡ ਜਾਣਗੇ ਦਮਾਦਮ ਅਲੀ ਅਲੀ ਕੋ, ਦਮਾਦਮ ਕੋ, ਦਮਾਦਮ। ਨਾਰਾਏ ਹੈਦਰੀ, ਨਾਰਾਏ ਹੈਦਰੀ।
ਕੌਣ ਅਲੀ? ਥੱਕ ਗਏ ਹੋ? ਇਸ ਫਕੀਰ ਨੂੰ ਅਲੀ ਦਾ ਜ਼ਿਕਰ ਤੁਸੀਂ ਸਾਰੀ ਰਾਤ ਵੀ ਕਹੋ ਤੇ ਅੱਲਾ ਦੀ ਫਜ਼ਲ ਨਾਲ ਤਾਜ਼ਾ ਦਮ ਰਵੇਗਾ, ਕਿਉਂਕਿ ਨਾ ਹੀ ਅਲੀ ਦਾ। ਬੋਲੋ ਬੋਲੋ ਬੋਲੋ। ਆਏ ਹਾਏ, ਫਰਮਾਇਆ ਮੇਰੇ ਅਲੀ ਨਾਲ ਪਿਆਰ ਕਰਨਾ ਜੇ, ਮੇਰੇ ਹੁਸੈਨ ਨਾਲ ਪਿਆਰ ਕਰਨਾ ਜੇ। ਉਹ ਹੁਸੈਨ ਜਿਨ੍ਹਾਂ ਨੇਜ਼ੇ ਦੀ ਨੋਕ ਤੇ ਕੁਰਾਨ ਸੁਣਾਇਆ। ਆਏ ਹਾਏ, ਉਹ ਹੁਸੈਨ ਜਿਨ੍ਹਾਂ ਦੀ ਸਵਾਰੀ ਨਬੀ ਪਾਕ ਦੀ ਪੁਸ਼ਤ ਮੁਬਾਰਕ। ਉਹ ਹੁਸੈਨ ਜਿਹੜੇ ਰਕਬੇ ਦੋਸ਼ੇ ਮੁਸਤਫਾ ਨੇ। ਤਵੱਜੋ ਹੈ, ਨਬੀ ਪਾਕ ਇੱਕ ਦਿਨ ਸਿਆਬਾ ਵਿੱਚ ਬੈਠੇ ਨੇ, ਇੱਕ ਸਿਆਬੀ ਆਏ ਤੇ ਉਹਨਾਂ ਨੇ ਕੰਬਲ ਦੀ ਬੁੱਕਲ ਮਾਰੀ ਤੇ ਜਦੋਂ ਬੁੱਕਲ ਖੋਲੀ ਤੇ ਵਿੱਚ ਹਿਰਨੀ ਦਾ ਬੱਚਾ ਤੇ ਇਮਾਮ ਹਸਨ ਪਾਕ ਨਬੀ ਪਾਕ ਦੀ ਗੋਦ ਚ ਨੇ ਤੇ ਹਸਨ ਪਾਕ ਕਹਿੰਦੇ ਨੇ ਨਾਨਾ ਜੀ ਹਿਰਨੀ ਦਾ ਬੱਚਾ ਮੈਂ ਲੈਣਾ ਹੈ। ਤੇ ਸਿਆਬੀ ਕਹਿੰਦੇ ਨੇ ਸੁਣਿਆ ਹਸਨ ਪਾਕ ਨੂੰ ਦੇ ਦਿਓ। ਤੇ ਸਿਆਬੀ ਨੇ ਹਿਰਨੀ ਦਾ ਬੱਚਾ ਹਸਨ ਪਾਕ ਨੂੰ ਦਿੱਤਾ ਤੇ ਹਸਨ ਪਾਕ ਖੇਲਦੇ ਖੇਲਦੇ ਘਰ ਲੈ ਗਏ ਤੇ ਹੁਸੈਨ ਪਾਕ ਘਰ ਬੈਠੇ ਸਨ। ਕਹਿਣ ਲੱਗੇ ਬਾਈ ਹਸਨ ਹਿਰਨੀ ਦਾ ਬੱਚਾ ਕਿੱਥੋਂ ਲਿਆ ਜੇ? ਆਖਿਆ ਮੈਂ ਨਾਨੇ ਕੋਲ ਲਿਆ। ਤੇ ਹਸੈਨ ਹੁਸੈਨ ਪਾਕ ਫਰਮਾਨ ਲੱਗੇ ਮੈਂ ਵੀ ਲੈਣਾ। ਤੇ ਹਸਨ ਪਾਕ ਕਹਿਣ ਲੱਗੇ ਮੈਂ ਨਾਨੇ ਕੋਲ ਲਿਆ ਤੇ ਤੂੰ ਵੀ ਨਾਨੇ ਕੋਲ ਲੈ, ਤੁਸੀਂ ਵੀ ਨਾਨੇ ਕੋਲ ਲਵੋ। ਹੁਸੈਨ ਪਾਕ ਚਲਦਿਆਂ ਚਲਦਿਆਂ ਨਾਨਾ ਜਾਨ ਕੋਲ ਆਏ ਤੇ ਕਹਿਣ ਲੱਗੇ ਨਾਨਾ ਜੀ ਬਾਈ ਹਸਨ ਨੂੰ ਹਿਰਨੀ ਦਾ ਬੱਚਾ ਤੁਸੀਂ ਦਿੱਤਾ? ਹਜ਼ੂਰ ਫਰਮਾਉਂਦੇ ਹਾਂ ਬੇਟਾ ਮੈਂ ਦਿੱਤਾ ਤੇ ਮੈਂ ਵੀ ਲੈਣਾ। ਹਜ਼ੂਰ ਨੇ ਹਲੇ ਲੱਭ ਨਹੀਂ ਖੋਲੇ, ਦੂਜੀ ਵਾਰੀ ਹੁਸੈਨ ਪਾਕ ਨੇ ਫਰਮਾਇਆ ਨਾਨਾ ਜੀ ਹਸਨ ਨੂੰ ਹਿਰਨੀ ਦਾ ਬੱਚਾ ਤੁਸੀਂ ਦਿੱਤਾ? ਹਜ਼ੂਰ ਫਰਮਾਇਆ ਹਾਂ ਬੇਟਾ ਮੈਂ ਦਿੱਤਾ। ਆਖਿਆ ਮੈਂ ਵੀ ਲੈਣਾ। ਤੀਸਰੀ ਦਵਾ ਜਦੋਂ ਬੋਲੇ ਨਾ ਤੇ ਹੁਸੈਨ ਪਾਕ ਦੀਆਂ ਅੱਖਾਂ 'ਚ ਅੱਥਰੂ ਆ ਗਏ। ਤੇ ਨਬੀ ਪਾਕ ਉਹ ਸਨ ਜਿਹੜੇ ਆਪਣੇ ਸ਼ਹਿਜ਼ਾਦੇ ਦੀਆਂ ਅੱਖਾਂ 'ਚ ਅੱਥਰੂ ਨਹੀਂ ਸੀ ਵੇਖ ਸਕਦੇ। ਆ ਹਰ ਚੀਜ਼ ਦੀ ਕੋਈ ਨਾ ਕੋਈ ਹੱਦ ਹੁੰਦੀ, ਬੇਹੱਦ ਅੰਦਾਜ਼ ਹੁਸੈਨ ਏ। ਅਲਿਫ ਤੋਂ ਲੈ ਕੇ ਵਨ ਨਾਸ ਤੋੜੀ ਕੁਰਾਨ ਦਾ ਨਾਜ਼ ਹੁਸੈਨ ਏ। ਵਜੋ ਹੈ ਰੋਣ ਨਹੀਂ ਦਿੰਦੇ ਹਜ਼ਰਾਤ। ਹੁਸੈਨ ਪਾਕ ਰੋ ਕੇ ਆਉਂਦੇ ਨੇ ਨਾਨਾ ਜੀ ਮੈਂ ਵੀ ਲੈਣਾ, ਮੇਰੀ ਸਰਕਾਰ ਨੇ ਲੱਭ ਨਹੀਂ ਖੋਲੇ। ਅਜ਼ਰਾਤ ਹਿਰਨੀ ਜੰਗਲਾਂ ਵਿੱਚੋਂ ਟੁਰ ਪਈ, ਆਪਣਾ ਬੱਚਾ ਲੈ ਕੇ ਟੁਰ ਪਈ ਤੇ ਨਾਲੇ ਆਪਣੇ ਬੱਚੇ ਨੂੰ ਕਹਿੰਦੀ ਹੈ ਬੱਚਿਆਂ ਛੇਤੀ ਚੱਲਣਾ। ਹੁਸੈਨ ਪਾਕ ਦੀਆਂ ਅੱਖਾਂ 'ਚ ਅੱਥਰੂ ਆ ਗਏ ਨੇ, ਨਾਲੇ ਆਪਣੇ ਬੱਚਿਆਂ ਨੂੰ ਦੁੜਾਉਂਦੀ ਹੈ, ਨਾਲੇ ਮੇਰਾ ਵਿਦਾਨ ਆਪਣੇ ਬੱਚੇ ਨੂੰ ਦਰਸ ਦਿੰਦੀ ਹੋਵੇਗੀ ਤੇ ਕਹਿੰਦੀ ਹੋਵੇਗੀ ਮਿੱਠਾ ਮਿੱਠਾ ਪਾਣੀ ਏ, ਮਿੱਠਾ ਮਿੱਠਾ ਪਾਣੀ ਏ। ਉਹ ਜਿੰਦ ਲਾ ਦੋ ਮਤਣੀ ਦੇ ਨਾਵੇ ਉਂਝ ਵੀ ਤੇ ਜਾਣੀ, ਮਿੱਠਾ ਮਿੱਠਾ ਪਾਣੀ ਏ। ਉਹ ਜਿੰਦ ਲਾ ਦੋ ਮਤਣੀ ਦੇ ਨਾਵੇ ਉਂਝ ਵੀ ਤੇ ਜਾਣੀ ਏ। ਅਜ਼ਰਾਤ ਫਿਰਨੀ ਆਪਣੇ ਬੱਚੇ ਨੂੰ ਲੈ ਕੇ ਦੌੜਦਿਆਂ ਦੌੜਦਿਆਂ ਮੇਰੀ ਸਰਕਾਰ ਦੀ ਬਾਰਗਾਹ 'ਚ ਆ ਗਈ। ਆਂਦੀ ਏ ਸੋਹਣਿਆ ਤੇਰੇ ਤੇ ਸਲਾਮ ਹੋਵੇ, ਸੋਹਣਿਆ ਤੇਰੇ ਤੇ ਦਰੂਦ ਹੋਵੇ, ਸੋਹਣਿਆ ਜਿਹੜਾ ਸਿਆਬੀ ਬੱਚਾ ਲੈ ਕੇ ਆਇਆ ਉਹ ਵੀ ਮੇਰਾ ਏ, ਜਿਹੜਾ ਮੈਂ ਲੈ ਕੇ ਆਈ ਹਾਂ ਇਹ ਵੀ ਮੇਰਾ ਏ, ਸੋਹਣਾ ਜਿਹੜਾ ਸਿਆਬੀ ਲੈ ਕੇ ਆਇਆ ਉਹ ਹਸਨ ਲੈ ਲਿਆ, ਜਿਹੜਾ ਮੈਂ ਲੈ ਕੇ ਆਈ ਹਾਂ ਹੁਸੈਨ
ਮੈਨੂੰ ਦੇ ਦਿਓ। ਮੇਰੀ ਸਰਕਾਰ ਫਰਮਾਉਂਦੇ ਨੇ ਹਿਰਨੀ ਮਾਵਾਂ ਨੂੰ ਆਪਣੇ ਪੁੱਤਰਾਂ ਨਾਲ ਬੜਾ ਪਿਆਰ ਹੁੰਦਾ ਵੇ, ਮਾਵਾਂ ਪੁੱਤਰਾਂ ਤੋਂ ਬਗੈਰ ਨਹੀਂ ਰਹਿ ਸਕਦੀਆਂ। ਤੂੰ ਦੋਵੇਂ ਬੱਚੇ ਦੇ ਚੱਲੀ ਏ, ਤੈਨੂੰ ਆਪਣੇ ਬੱਚਿਆਂ ਨਾਲ ਪਿਆਰ ਕੋਈ ਨਹੀਂ, ਮਾਵਾਂ ਤੇ ਆਪਣੇ ਪੁੱਤਰਾਂ ਨਾਲ ਬੜਾ ਪਿਆਰ ਕਰਦੀਆਂ ਨੇ। ਆਦਮ ਸਾਹਿਬ ਫਰਮਾਉਂਦੇ ਨੇ ਮਾਵਾਂ ਦੇ ਦਿਲ ਨਰਮ ਗੁਲਾਬੋ ਤੇ ਕਦ ਕਰਨ ਕਬੂਲ ਜੁਦਾਈ, ਪੁੱਤਰਾਂ ਦੇ ਸਭ ਐਬ ਛੁਪਾਵਣ ਤੇ ਸੁਣ ਸੁਣ ਕੇ ਹਰ ਬੁਰਾਈ, ਮਾਲੋ ਦੌਲਤ ਪੇਸ਼ ਚੱਕਰਨ ਤੇ ਕਰ ਲੈਣ ਕਬੂਲ ਗਦਾਈ, ਆਜ਼ਮ ਉਸ ਕੀ ਆਜ਼ਮ ਆਜ਼ਮ ਉਸ ਕੀ ਜੰਨਤ ਜਾਣਾ ਜਿਸ ਮਾਂ ਦੀ ਕਦਰ ਨਾ ਪਾਈ, ਮੇਰੀ ਸਰਕਾਰ ਫਰਮਾਉਂਦੇ ਨੇ ਹਿਰਨੀ ਮਾਵਾਂ ਨੂੰ ਆਪਣੇ ਪੁੱਤਰਾਂ ਨਾਲ ਬੜਾ ਪਿਆਰ ਹੁੰਦਾ ਵੇ, ਤੂੰ ਦੋਵੇਂ ਪੁੱਤਰ ਦੇ ਚੱਲੀ ਏ। ਹਿਰਨੀ ਦਾ ਜੁਮਲਾ ਸੁਣੋ, ਤੁਹਾਡੀ ਸੁਬਾਨ ਅੱਲਾ ਦਾ ਪਤਾ ਲੱਗ ਜਾਣਾ। ਹਿਰਨੀ ਰੋ ਕੇ ਆਉਂਦੀ ਏ, ਸੋਹਣਿਆ ਰੱਬੇ ਕਾਬਾ ਦੀ ਕਸਮ ਏ, ਇਹ ਤੇ ਮੇਰੇ ਦੋ ਬੱਚੇ ਨੇ, ਕਦੀ ਸੌ ਵੀ ਹੁੰਦੇ ਇੱਕ ਇੱਕ ਕਰਕੇ ਹੁਸੈਨ ਤੂੰ ਆਰ ਦੇ। ਇੱਕ ਇੱਕ ਕਰਕੇ ਸਾਰੇ ਹੁਸੈਨ ਤੂੰ ਵਾਰ ਦਿੰਦੀ। ਹੈਂ ਫਿਰ ਅਸਲੀ ਸ਼ਹਿਰ ਕਹਿੰਦਾ ਰਸੂਲ ਨਾਨਾ ਰਸੂਲ ਨਾਨਾ ਬਾਬਾ ਅਲੀ ਏ, ਰਸੂਲ ਨਾਨਾ ਬਾਬਾ ਅਲੀ ਏ, ਹਜੇ ਵੀ ਪੁੱਛਣਾ ਹੁਸੈਨ ਕੀ ਏ। ਰਸੂਲ ਨਾਨਾ ਬਾਬਾ ਅਲੀ ਏ, ਹਜੇ ਵੀ ਪੁੱਛਣਾ ਹੁਸੈਨ ਕੀ ਏ। ਰਸੂਲ ਨਾਨਾ ਬਾਬਾ ਅਲੀ ਏ, ਅਜੇ ਵੀ ਪੁੱਛਣਾ ਹੁਸੈਨ ਕੀ ਏ। ਹੁਸੈਨ ਦੀ ਮਾਂ ਨਬੀ ਦਿੱਤੀ ਏ, ਅਜੇ ਵੀ ਪੁੱਛਣਾ ਹੁਸੈਨ ਕੀ ਏ। ਹੁਸੈਨ ਦੀ ਮਾਂ ਨਬੀ ਦਿੱਤੀ ਏ, ਅਜੇ ਵੀ ਪੁੱਛਣਾ ਹੁਸੈਨ ਕੀ ਏ। ਜੁਮਲਾ ਸੁਣ ਕੇ ਤੜਪ ਜਾਓਗੇ, ਅਗਲਾ ਜੁਮਲਾ ਜਿਹੜਾ ਕਹਿਣ ਲਗਾ ਸੁਣ ਕੇ ਤੜਪ ਜਾਓਗੇ। ਹੁਸੈਨ ਗੋਦੇ ਨਬੀ ਚ ਪਲਿਆ, ਹੁਸੈਨ ਗੋਦੇ ਨਬੀ ਚ ਪਲਿਆ, ਹੈ ਤੀਸਰਾਏ ਇਮਾਮ ਚਲਿਆ। ਹੁਸੈਨ ਗੋਦੇ ਨਬੀ ਚ ਪਲਿਆ,
ਹੈ ਤੀਸਰਾ ਏ ਇਮਾਮ ਚੱਲਿਆ ਇਹ ਪੰਜ ਤਣ ਦਾ ਇਹ ਪੰਜ ਤਣ ਦਾ ਇਹ ਪੰਜ ਤਣ ਦਾ ਐਜ ਕਰਕੇ ਇਹ ਪੰਜ ਤਣ ਦਾ ਇਹ ਪੰਜ ਤਣ ਦਾ ਇਹ ਪੰਜ ਤਣ ਦਾ ਇਹ ਪੰਜਵਾਂ ਜੀਏ ਹਜੇ ਵੀ ਪੁੱਛਣਾ ਹੁਸੈਨ ਨਾਰਾਏ ਤਕਬੀਰ ਨਾਰਾਏ ਤਕਬੀਰ ਨਾਰਾਏ ਰਿਸਾਲ ਨਾਰਾਏ ਰਿਸਾਲ ਨਾਰਾਏ ਹੈਦਰੀ ਨਾਰਾਏ ਹੈਦਰੀ ਹੁਸੈਨੀਅਤ 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 ਯਜ਼ੀਦੀਅਤ ਯਜ਼ੀਦੀਅਤ ਨਾਰਾਏ ਹੈਦਰੀ ਹਜ਼ਰਤ ਅਗਰ ਜ਼ਿਕਰ ਆਲੇ ਬੈਤ ਤੇ ਲੱਗੇ ਰਹੀਏ ਤਾਂ ਬਾਤ ਬੜੀ ਲੰਬੀ ਹੈ ਬਸ ਆਖਰੀ ਇੱਕ ਮੈਸੇਜ ਜਿਹੜਾ ਆਖਰ ਤੇ ਮੈਂ ਦੇਣਾ ਚਾਹ ਰਿਹਾ ਕਿਉਂਕਿ ਵਕਤ ਬਹੁਤ ਜ਼ਿਆਦਾ ਹੋ ਗਿਆ ਸ਼ਹਿਰਯਾਰ ਬਾਈ ਨੇ ਕਿਹਾ ਕਿ ਆਖਰ ਤੇ ਇੱਕ ਦੋ ਜੁਮਲੇ ਮਾਂ ਬਾਪ ਦੀ ਸ਼ਾਨ ਉੱਤੇ ਬਿਆਨ ਕਰ ਦਿਓ ਜੀ ਹਜ਼ਰਾਤ ਨਬੀ ਪਾਕ ਨੇ ਫਰਮਾਇਆ ਮੇਰੇ ਗੁਲਾਮੋ ਤੁਹਾਡੀ ਜੰਨਤ ਤੁਹਾਡੀਆਂ ਮਾਵਾਂ ਦੇ ਕਦਮਾਂ ਥੱਲੇ ਤਵਜੋ ਹੈ ਇਹ ਆਖਰੀ ਜੁਮਲੇ ਜੇ ਬਾਈ ਬਸ ਸਿਰਫ ਨਬੀ ਪਾਕ ਨੇ ਫਰਮਾਇਆ ਤੁਹਾਡੀ ਜੰਨਤ ਤੁਹਾਡੀਆਂ ਮਾਵਾਂ ਦੇ ਕਦਮਾਂ ਥੱਲੇ ਸਰਕਾਰ ਨੇ ਫਰਮਾਇਆ ਕਿਸੇ ਨੇ ਜੰਨਤ ਦਾ ਦਰਮਿਆਨੀ ਦਰਵਾਜ਼ਾ ਵੇਖਣਾ ਯਾ ਰਸੂਲ ਵਿਖਾ ਦਿਓ ਮੇਰੇ ਆਕਾ ਫਰਮਾਇਆ ਘਰ ਟੁਰ ਜਾਓ ਆਕਾ ਜੀ ਦਰਵਾਜ਼ੇ ਘਰ ਲੱਗੇ ਮੇਰੀ ਸਰਕਾਰ ਨੇ ਫਰਮਾਇਆ ਉਹ ਜਾ ਕੇ ਬਾਪ ਦਾ ਚਿਹਰਾ ਵੇਖ ਲਓ ਜੰਨਤ ਦਾ ਦਰਮਿਆਨੀ ਦਰਵਾਜ਼ਾ ਖੁਦਾਰਾ ਆਪਣੀ ਮਾਂ ਦੀ ਕਦਰ ਕਰੋ ਆਪਣੇ ਬਾਪ ਦੀ ਕਦਰ ਕਰੋ ਇਹ ਚਿੱਟੀਆਂ ਦਾੜੀਆਂ ਵਾਲੇ ਬਾਬੇ ਬੈਠੇ ਜੇ 80-80 ਸਾਲ ਉਮਰ ਹੈ 60-60 ਸਾਲ ਉਮਰ ਹੈ ਇਹਨਾਂ ਬਾਬਿਆਂ ਨੂੰ ਪੁੱਛੋ ਮਾਂ ਜੇ ਯਾਦ ਆਉਂਦੀ ਮੈਨੂੰ ਇਮਾਨਦਾਰੀ ਨਾਲ ਬਾਬਾ ਜੀ ਦੱਸੋ ਅੰਮੀ ਯਾਦ ਆਉਂਦੀ ਹੈ ਕਿ ਨਹੀਂ ਆਉਂਦੀ ਮੈਂ ਇੱਕ ਜਗ੍ਹਾ 'ਤੇ ਬਾਬਾ ਜੀ ਬਿਆਨ ਕਰਨ ਵਾਸਤੇ ਗਿਆ ਤਾਂ ਮੈਂ ਬਿਆਨ ਕਰਕੇ ਨਾ ਗੱਡੀ 'ਚ ਬਹਿ ਲੱਗਾ ਅਤੇ 80 ਸਾਲਾਂ ਦਾ ਬਾਬਾ ਮੇਰੇ ਗੱਲ ਲੱਗ ਕੇ ਰੋਣ ਲੱਗ ਪਿਆ ਮੈਂ ਕਿਹਾ ਬਾਬਾ ਕਿਉਂ ਰੋਣਾ ਆਂਦਾ ਕਾਰੀ ਜੀ ਤੁਸੀਂ ਅੱਜ ਮਾਂ ਦੀ ਸ਼ਾਨ ਪੜ੍ਹੀਏ ਬਾਪ ਦੀ ਸ਼ਾਨ ਪੜ੍ਹੀਏ ਮੈਨੂੰ ਰੋਣ ਆ ਗਿਆ ਮੈਂ ਕਿਹਾ ਬਾਬਾ ਕਿਉਂ ਰੋਣਾ ਆਂਦਾ ਕਾਰੀ ਜੀ ਮੇਰੇ 4 ਪੁੱਤਰ ਇੱਕ ਪੁੱਤਰ ਮੇਰਾ ਅਮੈਰੀਕਾ ਹੁੰਦਾ ਦੂਜਾ ਪੁੱਤਰ ਮੇਰਾ ਲੰਡਨ ਹੁੰਦਾ ਦੋ ਪੁੱਤਰ ਮੇਰੇ ਇੱਥੇ ਕਾਰੀ ਜੀ ਅੱਲਾ ਮਾਲ ਵੀ ਦਿੱਤਾ ਕੋਠੀਆਂ ਵੀ ਬੰਗਲੇ ਵੀ ਪਰ ਇੱਕ ਬਾਬਾ ਰੱਖਣ ਲਈ ਇੱਕ ਕਮਰਾ ਨਹੀਂ ਹੈ ਬਾਬੇ ਵਾਸਤੇ ਕਮਰਾ ਨਹੀਂ ਹੈ ਕੀ ਕਰਨਾ ਕੋਠੀਆਂ ਕਾਰਾਂ ਨੂੰ ਯਾਰ ਜੇ ਤੇਰਾ ਪਿਓ ਬਾਹਰ ਸੜਕ ਤੇ ਜ਼ਲੀਲ ਹੋਣ ਦਿਆ ਕੀ ਫਾਇਦਾ ਉਹ ਤੇਰਾ ਪਿਓ ਤੇਰਾ ਬਾਪ ਉਹ ਬਾਪ ਏ ਜਿਹੜਾ 5-5 ਕਿੱਲੇ ਤੇਰੇ ਨਾਂ ਲਵਾ ਦੇਣਾ ਕਿਰਾਏ ਦੇ ਮਕਾਨ ਤੇ ਰਵੋ ਸਾ 2 ਮਹੀਨੇ ਕਿਰਾਇਆ ਨਾ ਦੇਵੋ 3 ਮਹੀਨੇ ਮਾਲਕ ਮਕਾਨ ਕੱਢ ਕੇ ਬਾਹਰ ਮਾਰਦਾ ਸਮਾਨ ਆ ਤੇਰਾ ਪਿਓ ਹੀ ਏ ਜਿਹਨੇ ਸਾਰੀ ਜ਼ਿੰਦਗੀ ਪਰਦੇਸ ਕੱਢ ਕੇ ਪੁੱਤਰਾਂ ਵਾਸਤੇ ਕੋਠੀਆਂ ਬਣਾਈਆਂ ਸੱਜਣਾ ਆਪਣੇ ਬਾਪ ਨੂੰ ਤੰਗ ਨਾ ਕਰੀ ਕਦੀ ਬਾਪ ਦੇ ਹੱਥ ਚੈੱਕ ਕਰਿਓ ਕਦੀ ਬਾਪ ਦੇ ਪੈਰ ਚੈੱਕ ਕਰਿਓ ਐਡੇ ਐਡੇ ਮੋਟੇ ਛਾਲੇ ਬਣੇ ਨੇ ਓਏ ਉਹ ਬਿਮਾਰੀ ਦੀ ਵਜ੍ਹਾ ਤੋਂ ਨਹੀਂ ਬਣੇ ਤੈਨੂੰ ਜਵਾਨ ਕਰਦਿਆਂ ਕਰਦਿਆਂ ਪਿਓ ਸੀਮੜ ਦੀਆਂ ਬੋਰੀਆਂ ਚੁੱਕ ਚੁੱਕ ਕੇ ਵਡੇਰਾ ਹੋ ਗਿਆ ਤੇ ਉਹਦੇ ਹੱਥਾਂ ਪੈਰਾਂ ਦੇ ਛਾਲੇ ਬਣ ਗਏ ਆਪਣੇ ਬਾਪ ਦੀ ਕਦਰ ਕਰੋ ਆਪਣੀ ਮਾਂ ਦੀ ਕਦਰ ਕਰੋ ਜਿਹਦੇ ਘਰ ਮਾਂ ਨਹੀਂ ਨਾ ਜਿਹਦੇ ਘਰ ਬਾਪ ਨਹੀਂ ਹੈ ਉਹਨੂੰ ਜਾ ਕੇ ਪੁੱਛੋ ਬਾਪ ਦੀ ਕਦਰ ਕੀ ਹੈ ਬਸ ਬਈ ਅਖਰ ਤੇ ਮੈਂ ਹੱਥ ਬੰਨਾ ਇੰਨੀਆਂ ਬੰਦਿਆਂ ਸਾਹਮਣੇ
ਕੱਲਾ ਬੰਦਾ ਹੱਥ ਬੰਨਣ ਦਿਆ, ਮੈਨੂੰ ਦੱਸੋ ਮੇਰੀ ਸ਼ਾਨ 'ਚ ਕੋਈ ਫਰਕ ਆ ਗਿਆ? ਯਾਰ ਜਿਹਦੀ ਮਾਂ ਨਾਰਾਜ਼ ਹੈ, ਜਿਹਦਾ ਪਿਓ ਨਾਰਾਜ਼ ਹੈ, ਹੱਥ ਬੰਨ ਕੇ ਆਖੋ ਅੰਮੀ ਜੀ ਰਾਜ਼ੀ ਹੋ ਜਾਓ, ਅੱਬੂ ਜੀ ਰਾਜ਼ੀ ਹੋ ਜਾਓ, ਜੇ ਤੇਰੀ ਮਾਂ ਮੰਨ ਗਈ ਨਾ ਤੇਰਾ ਪਿਓ ਮੰਨ ਗਿਆ, ਤੇਰੀ ਜ਼ਿੰਦਗੀ ਸਵਰ ਜਾਏਗੀ। ਆਪਣੀ ਮਾਂ ਨਾਲ ਨਾਰਾਜ਼ ਕਰ ਬੈਠੀ, ਓਏ ਆਪਣੀ ਬੀਵੀ ਦੀ ਵਜ੍ਹਾ ਤੂੰ ਕਦੀ ਆਪਣੇ ਬਾਪ ਨੂੰ ਧੱਕੇ ਨਾ ਮਾਰੀ, ਬੀਵੀਆਂ ਦੀ ਵਜ੍ਹਾ ਤੂੰ ਮਾਂ ਨੂੰ ਧੱਕੇ ਨਾ ਮਾਰਿਓ, ਜ਼ਲੀਲ ਹੋ ਜਾਓਗੇ। ਆਪਣੇ ਮਾਂ ਬਾਪ ਦੀ ਕਦਰ ਕਰੋ ਯਾਰ, ਆਪਣੀ ਮਾਂ ਦੀ ਕਦਰ ਕਰੋ ਯਾਰ।